ਸੱਚੇ ਪਾਤਸ਼ਾਹ ਰਹਿਮਤ ਕਰਨ, ਸਰਦਾਰ ਗੁਲਾਬ ਸਿੰਘ ਨੂੰ ਆਪਣੇ ਕਰਨਾ ਨਿਵਾਸ ਬਖਸ਼ਣ, ਪਿੱਛੇ ਮਾਤਾ ਜੀ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅੰਤ ਧੰਨਵਾਦ। ਜੀਵਾਂ ਨੂੰ ਲੇਖਾ ਦੇ ਕੇ ਵਾਰ ਵਾਰ ਜੂਨਾਂ ਧਾਰਨ ਕਰਨੀਆਂ ਪੈਂਦੀਆਂ ਨੇ ਤੇ ਗੁਰੂ ਕੀ ਸੰਗਤ ਆਪੋ ਆਪਣੇ ਮਨ ਵਿੱਚ ਵਿਚਾਰੀਏ, ਪਤਾ ਹੀ ਨਹੀਂ ਕਿੰਨੇ ਜਨਮਾਂ ਦੇ ਵਿੱਚ ਆਪਾਂ ਵਿਚਰ ਕੇ ਆਏ ਹਾਂ। ਪਤਾ ਨਹੀਂ ਜਾਨਵਰ ਕਿੰਨੀ ਦੇਰ ਬਣੇ ਆ, ਪੰਛੀ ਕਿੰਨੀ ਦੇਰ ਬਣੇ ਆ, ਦਰਖਤ ਕਿੰਨੀ ਦੇਰ ਬਣੇ ਆ, ਕੀੜੇ ਮਕੌੜੇ ਕਿੰਨੀ ਦੇਰ ਬਣੇ ਆ, ਕੋਈ ਜੀਵ ਨੂੰ ਪਤਾ ਨਹੀਂ। ਗੁਰੂ ਕੀ ਸੰਗਤ ਪਾਜਿਆ, ਗੁਰੂ ਕੀ ਸੰਗਤ ਉੱਥੇ ਗੁਰੂ ਕੀ ਸੰਗਤ ਭਾਈ ਨਵਾਬ ਸਿੰਘ ਦੇ ਮਾਤਾ ਜੀ, ਉਹਨਾਂ ਦੇ ਘਰ ਦੇ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਸਾਰੇ ਹੀ ਰਿਸ਼ਤੇਦਾਰ, ਸਗਨ ਸੰਬੰਧੀਆਂ ਦਾ, ਗੁਰੂ ਕੀ ਸੰਗਤ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਕਿਹੜੀਆਂ ਬੇਨਤੀਆਂ ਗੁਰੂ ਕੀ ਸੰਗਤ ਨੇ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁਗਤੇ ਮਾਫ਼ੀ ਚੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਿਆਰ ਵਿੱਚ ਆਓ ਗਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਜੀ ਜੋ ਭਾਵੈ ਸੋ ਕੰਮ ਕਰਾਈ, ਜੋ ਨਾ ਭਾਵੈ ਸੋ ਨਾ ਕਰਾਈ, ਜੋ ਭਾਵੈ ਸੋ ਮੰਦ ਬੁੱਧ ਸੰਗਤ ਦੇਈ, ਜੋ ਨਾ ਭਾਵੈ ਸੋ ਨਾ ਦੇਈ। ਜਿੱਥੇ ਭਾਵੇ ਤਿੱਥੇ ਰੱਖ ਲਈ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ, ਜਿੱਥੇ ਵੀ ਰੱਖੀ ਆਪਦੇ ਸੋਹਣਿਆਂ ਚਮਕੌਲਾਂ ਵਿੱਚ ਰੱਖੀ। ਅਖੰਡ ਭਜਨ ਬਖਸ਼ੀ ਦਰਗਾਹ ਦੇ ਸਾਜਿਆਂ ਨਵਾਜਿਆਂ ਗੁਰਮੁਖਾਂ ਦੇ ਵੇਲੇ ਬਖਸ਼ੀ ਗਰੀਬ ਨਵਾਜ, ਜਿਨ੍ਹਾਂ ਦੇ ਮਿਲਣ ਕਰਕੇ ਸਿੱਖੀ ਸਿਖਤ ਦੀ ਪ੍ਰਾਪਤੀ ਹੋ ਗਈ। ਧੁਰ ਦਰਗਾਹ ਦੀ ਸਮਰਥ ਮਿਲੇ ਬਾਦਸ਼ਾਹ ਦਰਗਾਹ ਤੋਂ ਡਿੱਗੇ ਧੱਕੇ ਨਿੰਦਕ ਸਾਖਰ ਦਾ ਸੰਗ ਨਾ ਦੇ ਨਾ ਮੈਂ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਚੜ੍ਹਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਨਾਨਕ ਦਾਸ ਤਾਂ ਕੇਵਲ ਹਾਰੈ ਜਿਨ ਪੂਰਨ ਪੈ ਜਿਨ ਖਾਈ ਨਵਾਬ ਸਿੰਘ ਜੀ ਦੀ ਯਾਦ ਤੋਰੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਹੁੰਚੇ ਹਨ। ਇਤਿਹਾਸ ਗਵਾਹ ਹੈ, ਗ੍ਰੰਥ ਗਵਾਹ ਹਨ, ਜਿਹਨੇ ਆਇਆ ਹੈ ਉਹਨਾਂ ਜਾਣਾ ਨਿਸ਼ਚਿਤ ਹੈ। ਲੇਕਿਨ ਬਹੁਤ ਸਾਰੇ ਪ੍ਰਾਣੀ ਗੁਰੂ ਸਾਹਿਬ ਦਾ ਹੁਕਮ ਹੈ ਕਿਆ ਜਾਣਾ ਕਿ ਬਣੇਗੇ ਕਿਆ ਸਾਹਿਬ ਇਹ ਸਾਹਿਬ ਮਨੋਂ ਨਮਿਸਰ ਹੈ ਤਾਂ ਸਾਹਿਬਾ ਮਨੋਂ ਅੱਜ ਦੀ ਇਹ ਘੜੀ ਸਾਰਿਆਂ ਵਾਸਤੇ ਅਤਿਅੰਤ ਦੁਖਦਾਇਕ ਸੱਟ ਵਾਲ ਦੇ ਉੱਤੇ ਅੱਜ ਉਹ ਘੜੀ ਆਪਾਂ ਸਾਰੇ ਮਹਿਸੂਸ ਕਰ ਰਹੇ ਹਾਂ, ਕਿਉਂਕਿ ਚਫੇਰੇ ਵਿੱਚ ਦੇਖੋ, ਸਾਰੇ ਪਾਸੇ ਵੱਲ ਦੇਖੋ ਤਾਂ ਉਹ ਇਨਸਾਨ ਨਜ਼ਰ ਆ ਰਿਹਾ ਜਿਹੜਾ ਉਸਦੇ ਹਲਕੇ ਦੀ ਜੂਹ ਵਿੱਚ ਵੜਨ ਤੋਂ ਪਹਿਲਾਂ ਹੀ ਹੁੰਦਾ ਅਤੇ ਜੂਹ ਛੱਡਣ ਤੱਕ ਆਖਰੀ ਦਮ ਤੱਕ ਇਸ ਹਲਕੇ ਦੇ ਨਾਲ ਲੋਕਾਂ ਦਾ ਨਾਲ ਕਰਦਾ ਕਰਦਾ ਆਏ ਹੋਏ ਸਾਰੇ ਆਪਣੇ ਸਾਥੀਆਂ ਦੇ ਨਾਲ ਤਕਰੀਬਨ ਬਿਤਾ ਕੇ ਦੇਣ ਲੱਗਾ ਸੀ। ਬਹੁਤ ਹੀ ਦੁੱਖ ਭਰੇ ਗਿਰਮਿਆਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਗਰਮੀ ਦੇ ਮੌਸਮ ਦੇ ਵਿੱਚ ਸੰਗਤ ਜੁੜੀ ਰਹੀ ਹੈ। ਨਵਾਬ ਸਿੰਘ ਜੀ ਵੀ ਇਸ ਅੰਤਮ ਅਰਦਾਸ ਦੇ ਵਿੱਚ ਆਪਣੇ ਆਪਣੇ ਦਿਲੋਂ ਸ਼ਰਧਾਂਜਲੀ ਦੇਣਗੇ। ਸਟੇਜ ਤੋਂ ਗੱਲਾਂ ਬਹੁਤ ਹੋਈਆਂ ਨੇ ਪਰ ਮੇਰੇ ਖਿਆਲ 'ਚ ਇੱਕ ਇੱਕ ਬੰਦਾ ਜਿਹੜਾ ਅੱਜ ਆਇਆ ਹੈ ਉਹ ਨਵਾਬ ਸਿੰਘ ਜੀ ਦੇ ਜੀਵਨ ਦੇ ਬਾਰੇ ਜਾਣੂ ਔਰ ਸੱਚੇ ਦਿਲ ਦੇ ਨਾਲ ਸਾਰੇ ਇੱਥੇ ਇਕੱਤਰ ਹੋਏ ਨੇ। ਨਵਾਬ ਸਿੰਘ ਦੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਆਪਣਾ ਪਿਆਰ ਬਖਸ਼ਿਆ ਹੈ, ਇਸੇ ਤਰ੍ਹਾਂ ਹੀ ਇਹਨਾਂ ਬੱਚਿਆਂ ਨੂੰ ਪਿਆਰ ਬਖਸ਼ਿਆ ਰਹਿਣਾ ਤਾਂ ਕਿ ਇਹ ਪਰਿਵਾਰ ਅੱਗੇ ਤੋਂ ਉਹਨਾਂ ਦੀਆਂ ਤੇ ਚੱਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਮੋਹਨ ਸਿੰਘ ਜੀ ਦਾ ਔਰ ਸਰਦਾਰ ਸਰਦਾਰ ਨਵਾਬ ਸਿੰਘ ਨੂੰ ਆਪਣੇ ਕਰਨਾ ਨਿਵਾਸ ਬਖਸ਼ਣ, ਪਿੱਛੇ ਮਾਤਾ ਜੀ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਦਾ ਬੇਅੰਤ ਧੰਨਵਾਦ। ਫਿਰ ਬੇਨਤੀ ਕਰਾਂ, ਬੀਬੀਆਂ ਨੂੰ ਬੇਨਤੀ ਹੈ ਥੋੜ੍ਹਾ ਜਿਹਾ ਪਾਸਾ ਛੱਡ ਕੇ ਪਿੱਛੇ ਹੋ ਜਾਓ, ਸਿੰਘਾਂ ਨੂੰ ਵੀ ਬੇਨਤੀ ਥੋੜ੍ਹਾ ਥੋੜ੍ਹਾ ਪਿੱਛਾ ਹੋ ਜਾਓ। ਮਹਾਰਾਜ ਸੱਚੇ ਪਾਤਸ਼ਾਹ ਇਹ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਜੀ ਆਪ ਜੀ ਨੂੰ ਥੋੜੇ ਥੋੜੇ ਪਿਛਾ ਹੋ ਗਏ ਤੇ ਨਾਲ ਇਹ ਬੇਨਤੀ ਹੈ ਵੀ ਲੰਗਰ ਵੀ ਛਕੋ, ਲੰਗਰ ਪ੍ਰਸ਼ਾਦਾ ਵੀ ਛਕੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਆਪ ਜੀ ਨੂੰ ਭਾਈ ਸਾਹਿਬ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਦਸਾਂ ਗੁਰਾਂ ਦੀ ਜਗਤੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੁੜ ਬੈਠੀ ਸਾਧ ਸੰਗਤ, ਆਪਾਂ ਉਸ ਮਹਾਨ ਛੋਟੇ ਪੀਰ ਦੀ ਯਾਦ ਦੇ ਵਿੱਚ ਜੁੜ ਬੈਠੇ ਹਾਂ। ਸਰਦਾਰ ਸੁਖਪਾਲ ਸਿੰਘ ਜੀ ਕਥਾ ਬਲਕਿ ਵਿਰਕ ਸਾਹਿਬ ਬਹੁਤ ਹੀ ਸੋਹਣੇ ਢੰਗ ਦੇ ਨਾਲ ਉਹਨਾਂ ਦੀ ਯਾਦ, ਉਹਨਾਂ ਦੇ ਜੀਵਨ ਦੇ ਜੋ ਝਾਤ ਪਾ ਕੇ ਗਏ ਨੇ, ਹੁਣ ਮੈਂ ਹੱਥ ਜੋੜ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗਾ। ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹ ਆਉਣ ਔਰ 12 ਤੋਂ 1:45 ਤੱਕ ਉਹਨਾਂ ਨੂੰ 12:30 ਤੱਕ ਸੰਗਤਾਂ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Bye.
Thank you.
संसार दे विच काल काल तो लैके जीव आया निरंकार दे हुकम दे अनुसार इस संसार की यात्रा वास्ते आया ते उहदे हुकम अनुसार जदों निरंकार का सदा आ जाता ते वापस जाना पैंदा। गुरु की संगत अहिंदरूप का ध्यान छड के बाद दे विच आपां इक दूजे नूं मिलांगे, पर ध्यान जिहड़ा टकाओ विच लिया रखे सारे वचन आपां सुणीए भी आपां इत्थे लैण की आए हां संसार दे विच जां खुशी का जां गमी का। जदों भी कोई समागम हुंदा ओहदे विच आपां गुरु के दर ते आउणे हां, ओहदे विचों कोई ज्ञान की प्राप्ति करनी हां ते जिहड़ी ज्ञान की प्राप्ति करनी हां ओह ज्ञान सुन के गुरु के कोलों ज्ञान ग्रहण करके अपने जीवन च धारण करके ते आपां अपने सवासां नूं सफल करना वा। ये अज का अपना विषय वा कि आप भाई नवाब सिंह दे शब्दा के गुण भेट करने वास्ते आए हैं, पर इत्थे जो अज गुरु के दर तो आप उपदेश मिलेगा उस ज्ञान को अपने मन के विचार करनी है, उस मार्ग से आप चल के अपने जीवन को ढालना कि गुरु की विचार की है, गुरु की दस रहे हैं। गुरु नानक पातशाह कहते हे जीव तैनू पता तू संसार कदों का आया, जीव कहता नहीं महाराज कृपा करके तुसी दसो सानू नहीं पता असी कदों के संसार आए। गुरु नानक पातशाह कहते आ जीव आ सिखा तैनू दसीए कि तू संसार कदों का आया, कि तू संसार कदों का आया वा आप तेनों दसीए। ये गुरु नानक पातशाह कह रहे हैं कहे नानक सृष्ट का मूल रचिया जोत राखी ता तू जग में आया। गुरु नानक पातशाह ने इहदे विच की कह दिता, गुरु नानक पातशाह कहिंदे कहे नानक, गुरु नानक साहब जी उपदेश कर रहे हैं, गुरु नानक साहब जी कह रहे हैं की कह रहे हैं कहे नानक सृष्ट का मूल रचिया निशानी दसी मार के जदों की यह सृष्टि का मूल रचिया ना जदों की यह धरती बनी आ अखंड ब्रह्मंड बने आकाश पाताल बने आ जिवें जप जी साहब चाहुंदा एको कवाओ कीता पसाओ एक वाग दे नाल जदों निरंकार ने सारी सृष्टि का पसारा कर दिता कहते उदों ने निशानी दसी है कि जदों की इस सृष्टि का मूल रचिया वा। पता नहीं किन्ने युग बीत गए हैं इस सृष्टि के मूल रचे ने, तां गुरु की संगत गुरु नानक पातशाह कहते कहे नानक सृष्टि का मूल रचिया। अगे निशानी दसी एक तां सृष्टि का मूल रचिया कहते उदों भी तेरे ने जोत रखी आ, सृष्टि का मूल रचिया जोत राखी कहते उदों भी तेरे ने जोत रखी आ, कहते तां तू जग में आया पक्की स्टैप ला के दस दिती कहते जदों भी सृष्टि का मूल रचिया उदों भी तेरे ने जोत रखी आ, कहते तां तू जग में आया इस जग के विच संसार के विच कहते उदों का तू आया जदों की सृष्टि का मूल रचिया। गुरु की संगत इत्थे एक जां दो चार दस जन्म की गल नहीं, इत्थे कोई एक युग की गल नहीं, पता नहीं करोड़ां जन्म हो गए ते पता नहीं किन्ने युग बीत गए। ते गुरु की संगत महाराज कहते आ जदों की इस सृष्टि का मूल रचिया उदों की तेरे ते जोत रखी आ। दरियावी उदाहरण कि जिवें किसी के बाप का पुत्र होवे छोटा जिहा उहदी गोद विच उठ के चले जावे सारी उम्र
तीर जावे और जे घर ना आवे ते बाप दा दिल जांदा कि मेरा पुत्र सी सारी उम्र बीत गई आपने घर नहीं आया, मेरी उस गोद दोबारा प्राप्त नहीं हुई। इसे तरह ही गुरु की संगत अपना पिता केड़ा, गुरुदेव माता गुरुदेव पिता, अकाल पुरख अपने माता पिता वा, निर्गुण स्वरूप अपना अकाल पुरख ही माता पिता वा। गुरु की संगत जितो गुरु ग्रंथ साहब जोत आई ना, जितो बाणी आई गुरु ग्रंथ साहब च, ढी बाणी आई ते सगली चिंत मटाई, जिस सच खंड दे विचों निर्गुण स्वरूप दे विचों गुरु ग्रंथ साहब च गुरबाणी आई है, उथों ही हर जीव दे विच जिहड़ी जोत काम कर रही है ओ जोत आई है जिहड़ी गुरु नानक पातशाह ने गल कीती है। उस अकाल पुरख दे विचों अपनी जोत जिहड़ी आ ਉਹ ਹਰ ਜੀਵ ਦੇ ਵਿੱਚ ਜਿਹੜੀ ਕੰਮ ਕਰ ਰਹੀ ਆ, ਉਹ ਨਿਰਗੁਣ ਸਰੂਪ ਦੇ ਵਿੱਚੋਂ ਅਕਾਲ ਪੁਰਖ ਦੇ ਵਿੱਚੋਂ ਉਹ ਜੋਤ ਆਈ ਆ। ਇਸ ਕਰਕੇ ਨਿਰਗੁਣ ਸਰੂਪ ਆਪਣਾ ਅਕਾਲ ਪੁਰਖ ਮਾਤਾ ਪਿਤਾ ਵਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਉੱਥੋਂ ਜੋਤ ਆਈ ਆ। ਤੇ ਜੋਤ ਕਦੋਂ ਦੀ ਆਈ? ਜਦੋਂ ਦੀ ਸ੍ਰਿਸ਼ਟੀ ਦਾ ਨੂਰ ਰਚਿਆ ਉਦੋਂ ਦੀ ਆਪਣੇ ਵਿੱਚ ਇਹ ਜੋਤ ਟਿਕਾਈ ਹੈ। ਫਿਰ ਕਈ ਜਨਮ ਹੋ ਗਏ ਗੁਰੂ ਕੀ ਸੰਗਤ, ਫਿਰ ਮਰ ਕੇ ਬੰਦਾ ਜਾਂਦਾ ਕਿੱਥੇ? ਬੰਦਾ ਮਰਦਾ ਵਾ, ਫਿਰ ਜਨਮ ਲੈਂਦਾ, ਫਿਰ ਮਰਦਾ, ਫਿਰ ਜਨਮ ਲੈਂਦਾ, ਫਿਰ ਮਰਦਾ, ਫਿਰ ਜਨਮ ਲੈਂਦਾ, ਕਦੀ ਕਿਸੇ ਜੋਰ ਵਿੱਚ, ਕਦੀ ਕਿਸੇ ਜੋਰ ਵਿੱਚ। ਤੇ ਗੁਰੂ ਕੀ ਸੰਗਤ ਉਦੋਂ ਤੋਂ ਲੈ ਕੇ ਜਦੋਂ ਦੀ ਸ੍ਰਿਸ਼ਟੀ ਦਾ ਮੂਲ ਰਚਿਆ ਉਦੋਂ ਤੋਂ ਲੈ ਕੇ ਅੱਜ ਤੱਕ ਕਰੋੜਾਂ ਹੀ ਜਨਮ ਹੋ ਗਏ ਗੁਰੂ ਕੀ ਸੰਗਤ, ਕਿੰਨੇ ਯੁੱਗ ਬੀਤ ਗਏ ਆ। ਪਰ ਗੁਰੂ ਕੀ ਸੰਗਤ ਜਿਸ ਪਿਤਾ ਦੀ ਗੋਦ ਵਿੱਚੋਂ ਉੱਠ ਕੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ, ਤੇ ਵਾਪਸ ਉਹ ਪਿਤਾ ਦੀ ਗੋਦ ਸਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਈ। ਉਹ ਗੋਦ ਜਿਹੜੀ ਆ ਅਜੇ ਤੱਕ ਇਹਨੇ ਯੁੱਗ ਬੀਤ ਗਏ ਆ, ਇਹਨੇ ਜਨਮ ਧਾਰ ਕੇ ਆ ਗਏ ਹਾਂ, ਪਰ ਗੁਰੂ ਕੀ ਸੰਗਤ ਉਹ ਜੋਤ ਜਿਹੜੀ ਆ ਉਹ ਆਪਣੇ ਪਿਤਾ ਅਕਾਲ ਪੁਰਖ ਦੇ ਵਿੱਚ ਲੀਨ ਨਹੀਂ ਹੋਈ। ਕਹਿਣ ਤੋਂ ਭਾਵ ਕਿ ਅਸੀਂ ਗੁਪਤ ਨਹੀਂ ਹੋ ਰਹੇ, ਨਿਰਗੁਣ ਦੇ ਵਿੱਚ ਲੀਨ ਨਹੀਂ ਹੋ ਰਹੇ। ਫਿਰ ਗੁਰੂ ਕੀ ਸੰਗਤ ਮਰਦੇ ਹਾਂ, ਜੰਮਦੇ ਹਾਂ, ਤਾਂ ਕਿੱਥੋਂ ਤੱਕ ਜਾਂਦੇ ਹਾਂ ਅਸੀਂ? ਜਪਜੀ ਸਾਹਿਬ ਦੇ ਸਲੋਕ ਵਿੱਚ ਆਉਂਦਾ ਵਾ, ਚੰਗਿਆਈਆਂ ਵਿਆਈਆਂ ਵਾਚੇ ਧਰਮ ਹਰੂਰ ਕਰਨੀ ਆਪੋ ਆਪਣੀ ਦੇ। ਗੁਰੂ ਕੀ ਸੰਗਤ ਜਿੰਨਾ ਸਾਡੇ ਕਰਮਾਂ ਦਾ ਲੇਖਾ ਵਾ, ਚਾਹੇ ਉਹ ਚੰਗਿਆਈਆਂ ਰੂਪ ਵਿੱਚ ਆ ਤੇ ਚਾਹੇ ਉਹ ਬੁਰਾਈਆਂ ਰੂਪ ਵਿੱਚ ਆ, ਉਹ ਵੀ ਆ ਰਿਹਾ।
ਕੋਈ ਕਿਸੇ ਸੰਬੰਧ ਵਿੱਚ ਜੁੜਿਆ, ਕੋਈ ਕਿਸੇ ਸੰਬੰਧ ਵਿੱਚ ਜੁੜਿਆ, ਜਦੋਂ ਰੇਖਾ ਪੂਰਾ ਹੋ ਜਾਂਦਾ ਤੇ ਇਹ ਜੀਵ ਜਿਹੜਾ ਇਚਰੇ ਕਰਦਾ। ਗੁਰੂ ਕੀ ਸੰਗਤ, ਕਿਉਂਕਿ ਸਮਾਂ ਬਹੁਤ ਸੀਮਤ ਆ, ਕਿਉਂਕਿ ਲੰਬੀ ਵਿਚਾਰ ਵਿੱਚ ਆਪਾਂ ਨਹੀਂ ਜਾਣਾ, ਗੁਰੂ ਕੀ ਸੰਗਤ ਇਹ ਲੰਬੇ ਸਮੇਂ ਤੋਂ ਗੁਰੂ ਕੀ ਸੰਗਤ ਫਿਰ ਚੱਲ ਰਿਹਾ। ਜਦੋਂ ਦੀ ਇਸ ਸ੍ਰਿਸ਼ਟੀ ਦਾ ਮੂਲ ਰਚਿਆ ਦਾ ਉਦੋਂ ਦੀ ਆਪਣੇ ਵਿੱਚ ਜੋਤ ਰੱਖੀ ਆ, ਉਦੋਂ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਲੱਖਾਂ ਤੇ ਕਰੋੜਾਂ ਆਪਾਂ ਜਨਮ ਧਾਰ ਕੇ ਆ ਗਏ ਹਾਂ। ਇਹ ਮਨੁੱਖਾ ਜਨਮ ਆਪਾਂ ਜੀਵਾਂ ਦੇ ਨਾਲ ਹਿੱਤ ਲਾ ਕੇ ਬੈਠੇ ਹਾਂ। ਜਿਹਦੇ ਨਾਲ ਹਿੱਤ ਲਾਉਣਾ ਸੀ ਉਹਦੇ ਨੂੰ ਹਿੱਤ ਲਾਉਣਾ ਛੱਡ ਦਿੱਤਾ ਵਾ, ਆਪਣੇ ਗੁਰੂ ਨਾਲ ਹਿੱਤ ਲਾਉਣਾ ਸੀ। ਇੱਕ ਵਿਚਾਰ ਦੀ ਗੁਰੂ ਕੀ ਸੰਗਤ ਸਭ ਤੋਂ ਟੈਕਨੀਕਲ ਪੁਆਇੰਟ ਜਿਹੜਾ ਵਾ ਉਹ ਨੋਟ ਕਰ ਦਿਓ। ਸਾਰੇ ਆਪਾਂ ਗੁਰੂ ਨਾਲ ਪਿਆਰ ਕਰਦੇ ਹਾਂ, ਸਾਰੇ ਹੀ ਆਪਾਂ ਗੁਰੂ ਨਾਲ ਪਿਆਰ ਕਰਦੇ ਹਾਂ। ਸਾਰੇ ਸਵੇਰੇ ਉੱਠ ਕੇ ਘੱਟ ਤੋਂ ਘੱਟ ਇੱਕ ਵਾਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਹਾਂ, ਕਈ ਸ਼ਾਮੀ ਵੀ ਮੱਥਾ ਟੇਕਦੇ ਹਾਂ। ਗੁਰੂ ਕੀ ਸੰਗਤ ਇੰਨਾ ਪਤਾ ਵੀ ਸਾਡਾ ਗੁਰੂ ਆ, ਮੱਥਾ ਵੀ ਟੇਕ ਲਿਆ, ਸੀਸ ਵੀ ਝੁਕਾ ਦਿੱਤਾ, ਪਰ ਗੁਰੂ ਕੀ ਸੰਗਤ ਸਾਰੇ ਹੁਣ ਆਪੋ ਆਪਣੇ ਮਨ ਚ ਵਿਚਾਰ ਕਰਿਓ ਥੋੜੀ ਜੀ, ਵੀ ਸਾਰੀ ਦਿਹਾੜੀ ਦੇ ਵਿੱਚ ਪਹਿਲਾਂ ਪ੍ਰਾਪਤ ਸਮੇਂ ਦੇ ਵਿੱਚ ਗੁਰੂ ਕੀ ਸੰਗਤ ਆਪਾਂ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਦੇ ਸੀ, ਦਸਾਂ ਪਾਤਸ਼ਾਹੀਆਂ ਦਾ ਧਿਆਨ ਕਰਦੇ ਸੀ, ਗੁਰੂ ਗੋਬਿੰਦ ਸਿੰਘ ਦਾ ਧਿਆਨ ਕਰਦੇ ਸੀ, ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਆ ਤੇ ਹੁਕਮ ਕੀਤਾ ਕਿ ਸਾਨੂੰ ਸ਼ਬਦ ਦੇ ਲੜ ਲਾ ਕੇ ਚੱਲੇ ਆ, ਸ਼ਬਦ ਦਾ ਧਿਆਨ ਕਰਨਾ। ਆਮ ਪ੍ਰਚਾਰਕ ਵੀ ਇਹੋ ਕਹਿੰਦੇ, ਪਰ ਗੁਰੂ ਕੀ ਸੰਗਤ ਉਸੇ ਸ਼ਬਦ ਨੂੰ ਗੁਰਗੱਦੀ ਦਿੱਤੀ ਆ, ਸ਼ਬਦ ਦੇ ਲੜ ਲਾਇਆ ਵਾ। ਪਰ ਗੁਰੂ ਕੀ ਸੰਗਤ ਇੱਕ ਟੈਕਨੀਕਲ ਪੁਆਇੰਟ ਨੋਟ ਕਰਿਓ, ਸਾਰੀ ਦਿਹਾੜੀ ਦੇ ਵਿੱਚ ਜਾਂ ਕਿੰਨੇ ਸਕਿੰਟ ਜਾਂ ਕਿੰਨੇ ਮਿੰਟ ਧਿਆਨ ਆਪਣਾ ਗੁਰੂ ਗ੍ਰੰਥ ਸਾਹਿਬ 'ਚ ਰਹਿੰਦਾ ਤੇ ਪ੍ਰਾਪਤੀ ਫਿਰ ਆਪਾਂ ਕਿੱਥੋਂ ਕਰਾਂਗੇ? 24 ਘੰਟਿਆਂ ਦੇ ਵਿੱਚੋਂ ਕਿੰਨੇ ਸਕਿੰਟਾਂ ਦੀ ਗੱਲ ਕਰ ਲਓ ਤੁਸੀਂ, ਆਪ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਕਿੰਨੇ ਸਕਿੰਟ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਜਾਂਦਾ, ਕੀ ਅਸੀਂ ਉਸੇ ਤਰ੍ਹਾਂ ਹੀ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਦੇਖਦੇ ਹਾਂ, ਅਸੀਂ ਉਹ ਧਿਆਨ ਰੂਪੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਕਿੰਨੇ ਕੁ ਸਕਿੰਟ ਜਾਂ ਕਿੰਨੇ ਮਿੰਟ? ਆਰ ਬਹਿ ਰਾਧੀਏ ਪੂਰਨ ਸਤਿਗੁਰ ਗਿਆਨ ਉਹਦਾ ਬਹੁਤ ਵੱਡੀ ਗੱਲ ਹੈ। ਗੁਰੂ ਕੀ ਸੰਗਤ ਤੇ ਸਕਿੰਟਾਂ ਦੇ ਹਿਸਾਬ ਨਾਲ ਜੇ ਆਪਾਂ ਆਪਣੇ ਮਨ ਵਿੱਚ ਵਿਚਾਰ ਕਰੀਏ, ਸਕਿੰਟਾਂ ਦੇ ਹਿਸਾਬ ਨਾਲ ਵੀ ਆਪਣੀ ਸੁਰਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲ ਸਕਦੀ। ਤੇ ਜਿਹੜੇ ਸਿੱਖ ਗੁਰੂ ਕੀ ਸੰਗਤ ਜਿਹਨੂੰ ਇਸ ਜੁਗਤੀ ਦਾ ਪਤਾ ਲੱਗ ਗਿਆ ਵਾ, ਉਹ ਫਿਰ ਗੁਰੂ ਕੀ ਸੰਗਤ ਭਾਈ ਗੋਦੇ ਦੀ ਤਰ੍ਹਾਂ, ਜਿਹਨਾਂ ਭਾਈ ਗੋਦੇ ਨੇ ਕਾਬਲ ਦੀ ਧਰਤੀ ਤੋਂ ਸਤਵੇਂ ਪਾਤਸ਼ਾਹ ਦੇ ਚਰਨ ਖੜੇ ਸੀ, ਗੁਰੂ ਕੀ ਸੰਗਤ ਸੁਰਤ ਦੁਆਰਾ ਹੀ ਤੇ ਮਹਾਰਾਜ ਉੱਥੇ ਹੀ ਖੜੇ ਰਹੇ ਤੇ ਗੁਰੂ ਕੀ ਸੰਗਤ ਦੁਪਹਿਰ ਹੋ ਗਿਆ, ਲਾਂਗਰੀ ਸਿੰਘ ਸੰਗਤਾਂ ਰਾਜਾ ਵਾਪੀਆਂ ਮਹਾਰਾਜ ਭਗਤਾਂ ਲੱਗੀਆਂ ਲੰਗਰ 'ਚ ਲੰਗਰ ਛਕੋ, ਪਰ ਪਾਤਸ਼ਾਹ ਖੜੇ ਨੇ ਵੀ ਸਿੱਖ ਦੀ ਕਿਤੇ ਸੁੱਧ ਰੱਖਣ ਜਾਵੇ। ਗੁਰੂ ਕੀ ਸੰਗਤ ਭਾਈ ਗੋਦੇ ਦੀ ਤਰ੍ਹਾਂ ਸੁੱਧ ਦੁਆਰਾ ਹੀ ਸਤਵੇਂ ਪਾਤਸ਼ਾਹ ਦੇ ਚਰਨ ਖੜੇ ਕਾਬਲ ਦੀ ਧਰਤੀ ਤੋਂ ਤੇ ਮਹਾਰਾਜਾ ਦੇ ਚਰਨ ਛਡਾਉਂਦੇ ਨੇ ਕਿ ਮੇਰੇ ਚਰਨਾਂ ਦੇ ਨਮਸਕਾਰ ਕਰਦੇ। ਤੇ ਗੁਰੂ ਕੀ ਸੰਗਤ ਜੇ ਸਕਿੰਟਾਂ ਦੇ ਹਿਸਾਬ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਪਿਆਰ ਕਰੇਗਾ ਕਿ ਇਹ ਸਿੱਖ ਬੜਾ ਚੰਗਾ ਵਾ, ਇਹ ਧਿਆਨ ਮੇਰੇ ਵਿੱਚ ਜਿਹੜਾ ਵਾ ਉਹ ਟਿਕਾ ਰਿਹਾ। ਤਾਂ ਗੁਰੂ ਕੀ ਸੰਗਤ ਇੰਨੀ ਕੁ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ। ਭਾਈ ਗੁਰਬਾਬ ਸਿੰਘ ਜੀ ਜਿਹਨਾਂ ਦਾ ਬਹੁਤ ਜ਼ਿਆਦਾ ਗੁਰੂ ਘਰ ਨਾਲ ਪਿਆਰ ਸੀ, ਗੁਰੂ ਕੀ ਸੰਗਤ ਜਦੋਂ ਕਿਤੇ ਉਹਨਾਂ ਨਾਲ ਵਿਚਾਰ ਕਰਨੀ, ਜਦੋਂ ਉਹਨਾਂ ਦਾ ਗੁਰੂ ਕੀ ਸੰਗਤ ਜਾਂ ਕੋਈ ਗੁਰੂ ਦੀ ਗੱਲ ਕਰਨੀ ਜਾਂ ਕੋਈ ਸਾਥੀ ਪ੍ਰਮਾਣ ਦੀ ਗੱਲ ਕਰਨੀ, ਉਦੋਂ ਬਰਾਕ ਵਿੱਚ ਚਲੇ ਜਾਂਦੇ ਸਨ। ਪਰ ਗੁਰੂ ਕੀ ਸੰਗਤ ਕੋ ਪਿਛਲਾ ਜਿਹੜਾ ਉਹਨਾਂ ਦੇ ਕਰਮਾਂ ਦਾ ਉਹ ਅੰਦਰ ਖਜ਼ਾਨਾ ਜਮ੍ਹਾਂ ਸੀ, ਪਰ ਗੁਰੂ ਕੀ ਸੰਗਤ ਜਦੋਂ ਉਹਨਾਂ ਨੇ ਗੱਲ ਕਰਨੀ, ਜਦੋਂ ਉਹਨੇ ਗੱਲ ਕਰਨੀ ਉਦੋਂ ਬਰਾਕ ਵਿੱਚ ਚਲੇ। ਉਹਨੇ ਜਿਹੜੇ ਗੁਰੂ ਘਰ ਚਲੇ ਗਏ ਤੇ ਕਿਸੇ ਗੱਲ ਕਰਨੀ ਨਹੀਂ, ਕੋਈ ਸਿਆਸੀ ਨਹੀਂ ਗੱਲ ਕਰਨੀ, ਕੋਈ ਦੂਜੀ ਗੱਲ ਨਹੀਂ ਕਰਨੀ, ਦਰਿਆਵੀ ਨਹੀਂ, ਗੁਰੂ ਦਸਵੇਂ ਪਾਤਸ਼ਾਹ ਦੀਆਂ ਜ਼ਿਆਦਾ ਕਰਕੇ ਗੱਲਾਂ ਕਰਦੇ ਸਨ। ਜਾਂ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਆ, ਜਾਂ ਗੁਰੂ ਕੀ ਸੰਗਤ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਨੀ ਆ, ਮਰਯਾਦਾ ਦੀ ਗੱਲ ਕਰਨੀ ਆ। ਗੁਰੂ ਕੀ ਸੰਗਤ ਬੜਾ ਉੱਚਾ ਸੁੱਚਾ ਇਨਸਾਨ ਸੀ, ਕਿਉਂਕਿ ਦਿਲੀ ਪਿਆਰ ਸੀ ਉਹਨਾਂ ਨੂੰ ਸਾਡੇ ਨਾਲ। ਪਰ ਗੁਰੂ ਕੀ ਸੰਗਤ ਜੋ ਉਹਦਾ ਭਾਣਾ ਸਾਹਿਬ ਬੋਲਦਾ ਉਹ ਮੱਥ ਕੇ ਰਹਿੰਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਜਿੱਦਣ ਉੱਥੋਂ ਗੁਰੂ ਕੀ ਸੰਗਤ
ਚੜ੍ਹਾਈ ਕਰਦਾ। ਉਹ ਤੋਂ ਦੋ ਦਿਨ ਪਹਿਲਾਂ ਗੁਰੂ ਕੀ ਸੰਗਤ ਸਾਡੇ ਕੋਲੋਂ ਆਇਆ, ਇੱਕ ਦਿਨ ਪਹਿਲਾਂ। ਤੇ ਜਦੋਂ ਸਾਡੇ ਕੋਲੋਂ ਉਹ ਤੁਰ ਲੱਗਾ ਤੇ ਵਿਰਾਟ ਦੀ ਅਤਰ ਸੀ ਉਹਨਾਂ ਦੇ ਹੱਥੋਂ ਵਿੱਚ, ਤਿਆਰ ਹੋ ਕੇ ਆਵੇ ਬਾਬਾ ਜੀ ਨੇ ਛੁੱਟੀਆਂ ਦੇ ਵਾਸਤੇ ਚੱਲੇ। ਸਵੇਤ ਪਰਿਵਾਰ ਉਹ ਗਏ ਸਨ ਔਰ ਉੱਥੇ ਗੁਰੂ ਕੀ ਸੰਗਤ ਦਾ ਜਦੋਂ ਤੁਰ ਲੱਗੇ, ਮਹਾਂ ਨਵਾਬ ਸਾਹਿਬ ਨੂੰ ਇੰਨੀ ਚੰਗੀ ਤਿਆਰੀ ਕਰ ਲਈ, ਕਹਿੰਦੇ ਬਾਬਾ ਜੀ ਹਫ਼ਤਾ ਹੋਇਆ, ਮੈਂ ਤਾਂ ਅੱਠ ਘੰਟੇ ਵਰਗਾ ਸਮਾਂ ਲੰਘਿਆ ਤੇ ਤੂੰ ਖੁੱਲ੍ਹਾ ਸਮਾਂ ਲੈ ਕੇ ਆਇਆ ਕਰ ਸਾਡੇ ਕੋਲ, ਉਹ ਸਮਾਂ ਇੱਥੇ ਮਹੀਨਾ ਦੋ ਮਹੀਨੇ ਵਿਆਹ ਕਰ ਸਾਡੇ ਕੋਲ। ਪਰ ਗੁਰੂ ਕੀ ਸੰਗਤ ਕਹਿੰਦਾ ਮਜ਼ਬੂਰੀਆਂ ਬਾਬਾ ਜੀ, ਇਸ ਕਰਕੇ ਕੰਮਾਂ ਦਾ ਜ਼ਿਆਦਾ ਕਰਕੇ ਜਾਣਾ ਪੈਣਾ। ਪਰ ਗੁਰੂ ਕੀ ਸੰਗਤ ਜਦੋਂ ਰੇਲਵੇ ਸਟੇਸ਼ਨ ਤੇ ਜਾ ਕੇ ਟ੍ਰੇਨ 'ਚ ਬੈਠੇ ਨੇ, ਫਿਰ ਸਾਨੂੰ ਫੋਨ ਆਇਆ, ਕਹਿੰਦਾ ਬਾਬਾ ਜੀ ਮੇਰਾ ਦਿਲ ਨਹੀਂ ਕਰਦਾ, ਮੇਰਾ ਦਿਲ ਕਰਦਾ ਵਾਪਸ ਆ ਜਾ। ਫਿਰ ਗੁਰੂ ਕੀ ਸੰਗਤ ਸਮਾਂ ਤੈਅ ਕਰਦਾ, ਜਦੋਂ ਦਿੱਲੀ ਬਾਰਡਰ ਤੇ ਆਇਆ ਤੇ ਉੱਥੇ ਫਿਰ ਸਾਨੂੰ ਫੋਨ ਲਾਇਆ, ਕਹਿੰਦੇ ਬਾਬਾ ਜੀ ਮੇਰਾ ਦਿਲ ਨਹੀਂ ਕਰਦਾ ਅੱਗੇ ਜਾਣ ਨੂੰ, ਮੇਰਾ ਦਿਲ ਕਰਦਾ ਮੈਂ ਵਾਪਸ ਆ ਜਾਵਾਂ, ਮੇਰਾ ਦਿਲ ਨਹੀਂ ਕਰਦਾ ਅੱਗੇ ਜਾਣ ਨੂੰ। ਪਰ ਕਹਿੰਦੇ ਇੱਕ ਵਚਨ ਮੇਰਾ ਕਹਿੰਦੇ ਯਾਦ ਰੱਖਿਓ, ਕਹਿੰਦਾ ਜਿਹੜੇ ਮੈਂ ਝਰਨਾ ਵਹਿਰਾ ਕਰਕੇ ਗਿਆ, ਪਹਿਲਾਂ ਵੀ ਗੁਰੂ ਕੀ ਸੰਗਤ ਇਹਦੇ ਘਰ ਸਾਡੇ ਸੇਵਾਦਾਰ ਜਿਹੜੇ ਨੇ ਕਣਕ ਦੀ ਗ੍ਰਾਹੀ ਪਾਉਂਦੇ ਸੀ ਇਸ ਇਲਾਕੇ ਵਿੱਚ, ਉਹਨਾਂ ਸਾਡੇ ਸੇਵਾਦਾਰਾਂ ਦਾ ਡੇਰਾ ਇਹਦੇ ਘਰ ਵਸੀ ਔਰ ਲੰਗਰ ਪਾਣੀ ਵੀ ਸਾਰੇ ਪਰਿਵਾਰ ਨੇ, ਬੀਬੀਆਂ ਨੇ, ਭੈਣਾਂ ਨੇ, ਸਭ ਬੜੇ ਪਿਆਰ ਤੇ ਚਾਅ ਦੇ ਨਾਲ ਨਿਤਨੇਮ ਕਰਕੇ ਸਾਰਾ ਪਰਿਵਾਰ ਨਿਤਨੇਮੀ ਹੈ। ਗੁਰੂ ਕੀ ਸੰਗਤ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਨਾਂ ਆਪਣਾ ਨਿਤਨੇਮ ਕਰਦਾ, ਫਿਰ ਗੁਰੂ ਕੀ ਸੰਗਤ ਅੰਨ ਪਾਣੀ ਨੂੰ ਹੱਥ ਲਾਉਣਾ। ਗੁਰੂ ਕੀ ਸੰਗਤ ਉਹ ਪਹਿਲਾਂ ਨਿਤਨੇਮ ਕਰਕੇ ਲੰਗਰ ਤਿਆਰ ਕਰਕੇ ਤੇ ਫਿਰ ਗੁਰੂ ਕੀ ਸੰਗਤ ਸੇਵਾਦਾਰਾਂ ਨੂੰ ਛਕਾਉਣਾ, ਇਹ ਉਹਨਾਂ ਦੀ ਮੁੱਖ ਸੇਵਾ ਸੀ। ਤਾਂ ਗੁਰੂ ਕੀ ਸੰਗਤ ਉਹ ਬਚਨ ਸਾਡੇ ਨਾਲ ਸਾਂਝਾ ਕਰਦਾ, ਕਹਿੰਦੇ ਬਾਬਾ ਜੀ ਮੇਰਾ ਬਚਨ ਯਾਦ ਰੱਖਿਓ, ਕਹਿੰਦੇ ਭੁੱਲ ਨਾ ਜਾਇਓ, ਜਿੰਨੇ ਵੀ ਤੁਹਾਡੇ ਸੇਵਾਦਾਰ ਦਾ ਡੇਰਾ ਮੇਰੇ ਘਰ ਹੋਣਾ ਚਾਹੀਦਾ ਵਾ, ਇੱਧਰੋਂ ਤੋਂ ਨਹੀਂ ਕਿਤੇ ਰੁਕਣਾ ਤੇ ਪ੍ਰਸ਼ਾਦਾ ਵੀ ਮੇਰੇ ਘਰੋਂ ਛਕਣਾ। ਮਹਾਂ ਨਵਾਬ ਸਾਹਿਬ ਇੱਦਾਂ ਹੀ ਹੋਵੇਗਾ, ਤੂੰ ਚਿੰਤਾ ਨਾ ਕਰ। ਤਾਂ ਗੁਰੂ ਕੀ ਸੰਗਤ ਇੰਨਾ ਬਚਨ ਕਰਦਾ ਕਰਦਾ ਵਿਰਾਟ ਲਈ ਚਲੇ ਗਿਆ, ਫੋਨ ਕਰ ਦਿੱਤਾ। ਫਿਰ ਗੁਰੂ ਕੀ ਸੰਗਤ ਦੇ ਕਰਨਾਲ ਜਦੋਂ ਆਣ ਕੇ ਉਤਰਿਆ, ਇੱਥੇ ਫਿਰ ਗੁਰੂ ਕੀ ਸੰਗਤ ਫੋਨ ਆਇਆ ਸਾਨੂੰ ਤੇ ਜੋਧਾ ਸਿੰਘ ਜੀ ਸੰਗਤ ਵਿੱਚ ਬੈਠੇ ਆ, ਇਹਨਾਂ ਦੇ ਨਾਲ ਸਾਡੀ ਫਤਿਹ ਸਾਂਝੀ ਕਰਾਈ, ਕਹਿੰਦੇ ਜੋਧਾ ਸਿੰਘ ਨੂੰ ਵੀ ਫਤਿਹ ਸਾਂਝੀ ਕਰੋ। ਗੁਰੂ ਕੀ ਸੰਗਤ ਸਾਰੇ ਰਾਹ ਗੁਰੂ ਕੀ ਸੰਗਤ ਧਿਆਨ ਜਿਹੜਾ ਨਾ ਯੂਸਾ ਵੀ ਕਿਹਾ। ਤੇ ਗੁਰੂ ਕੀ ਸੰਗਤ ਜਦੋਂ ਇੱਥੋਂ ਗੁਰੂ ਕੀ ਸੰਗਤ ਆਪਣੇ ਘਰੋਂ ਅਗਲੇ ਦਿਨ ਚੰਡੀਗੜ੍ਹ ਗਏ ਆ, ਉਸ ਸਮੇਂ ਦੇ ਉੱਤੇ ਗੁਰੂ ਕੀ ਸੰਗਤ ਜੋਧਾ ਸਿੰਘ ਕਹਿਣ ਲੱਗੇ ਵੀ ਮੈਂ ਤਾਂ ਬਾਬਾ ਨਰਹਰ ਸਿੰਘ ਦੇ ਜਨਮ ਸਥਾਨ ਤੇ ਹੋ ਕੇ ਆਇਆ ਪਿੰਡ ਨਾਨੋ ਜ਼ਿਲ੍ਹਾ ਹੁਸ਼ਿਆਰਪੁਰ, ਉੱਥੇ ਆਪਣੇ ਬਾਬਾ ਕਰਮੀਤ ਸਿੰਘ ਜੀ ਜਦੇ ਲਾਏ ਆ। ਗੁਰੂ ਕੀ ਸੰਗਤ ਜਦੋਂ ਇਹਨੂੰ ਪਤਾ ਲੱਗਾ ਤੇ ਕਹਿੰਦਾ ਜਹੇਦਾਰ ਨੂੰ, ਬਾਬਾ ਜੀ ਮੈਂ ਆਉਣਾ ਬਾਬਾ ਨਰਹਰ ਸਿੰਘ ਦੇ ਜਨਮ ਸਥਾਨ ਤੇ ਦਰਸ਼ਨ ਕਰਕੇ ਜਾਣਾ, ਕਹਿੰਦਾ ਆਓ। ਗੁਰੂ ਕੀ ਸੰਗਤ ਜਦੋਂ ਚੰਡੀਗੜ੍ਹ ਗਏ ਨੇ ਤਾਂ ਗੁਰੂ ਕੀ ਸੰਗਤ ਉੱਥੋਂ ਤਿਆਰੀ ਕਰ ਲਿਆ, ਫਰੂਟ ਲੈਣ ਲਿਆ ਕਿ ਮੈਂ ਉੱਥੇ ਬਾਬਾ ਨਰਹਰ ਸਿੰਘ ਦੇ ਜਨਮ ਸਥਾਨ ਤੇ ਜਾਣਾ, ਮੈਂ ਉੱਥੇ ਦਰਸ਼ਨ ਕਰਕੇ ਆਉਣੇ। ਤਾਂ ਗੁਰੂ ਕੀ ਸੰਗਤ ਫੋਨ ਆਇਆ, ਅਫਸਰ ਦੇ ਸਾਹਮਣੇ ਬੈਠੇ ਆ, ਗੱਲ ਖਤਮ ਹੋਈ ਤੇ ਫੋਨ ਸਾਈਡ ਤੇ ਰੱਖਿਆ ਵਾ। ਤਾਂ ਗੁਰੂ ਕੀ ਸੰਗਤ ਉੱਧਰੋਂ ਗੁਰੂ ਕੀ ਸੰਗਤ ਉੱਥੇ ਕੁਰਸੀ ਤੇ ਹੀ ਗੁਰੂ ਕੀ ਸੰਗਤ ਸਵਾਸ ਪੂਰੇ ਹੋ ਗਏ, ਹਾਰਟ ਅਟੈਕ ਆਇਆ, ਪੰਜਾਂ ਮਿੰਟਾਂ ਦਾ ਖੇਲ ਪਾਇਆ ਗੁਰੂ ਕੀ ਸੰਗਤ। ਗੁਰੂ ਕੀ ਸੰਗਤ ਸਾਰੀ ਦੁਨੀਆਂ ਦੇ ਸੰਸਾਰ ਵਿੱਚ ਉਹ ਜਾਣਾ ਵਾ, ਪਰ ਗੁਰੂ ਕੀ ਸੰਗਤ ਇਹੋ ਜਿਹਾ ਸਮਾਂ ਕਿਸੇ ਵਿਰਲੇ ਵਿਰਲੇ ਤੇ ਆਉਂਦਾ ਵਾ। ਗੁਰੂ ਕੀ ਸੰਗਤ ਸਾਧੂਆਂ ਵਰਗੀ ਜਿਹੜੀ ਆ ਉਹਦਾ ਚਲਾਣਾ ਹੋਇਆ। ਗੁਰੂ ਕੀ ਸੰਗਤ ਬਹੁਤ ਜਿੱਥੇ ਉਹਦਾ ਗੁਰੂ ਘਰ ਦੇ ਨਾਲ ਬਹੁਤ ਪਿਆਰ ਸੀ, ਉੱਥੇ ਗੁਰੂ ਕੀ ਸੰਗਤ ਆਪਣਾ ਸਮਾਜ ਦੇ ਨਾਲ, ਭਾਈਚਾਰੇ ਦੇ ਨਾਲ, ਸਿੱਖ ਧਰਮ ਦੇ ਨਾਲ, ਔਰ ਜਿੱਥੇ ਇਹਨਾਂ ਸਾਰਿਆਂ ਦੇ ਨਾਲ ਗੁਰੂ ਕੀ ਸੰਗਤ ਸਿੱਖ ਸੰਗਤਾਂ ਦੇ ਨਾਲ ਪਿਆਰ ਸੀ, ਸਾਰੀ ਬਣੀ ਗੁਰੂ ਕੀ ਸੰਗਤ ਰਾਜਨੀਤੀ ਜਾਂ ਹੋਰ ਇਲਾਕਿਆਂ ਵਿੱਚ ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਵੱਡਾ ਪਿਆਰ ਰੱਖਦਾ ਸੀ, ਦਿਲੋਂ ਪਿਆਰ ਕਰਦਾ ਸੀ ਹਰ ਇੱਕ ਦੇ ਨਾਲ। ਅੱਜ ਤੁਸੀਂ ਉਹਦੇ ਪਿਆਰ ਦੇ ਵਧੇ ਬੈਠੇ ਜੇ ਗੁਰੂ ਕੀ ਸੰਗਤ, ਅੱਜ ਇੱਥੋਂ ਤੱਕ ਦੇਖਦੇ ਹਾਂ ਗੁਰੂ ਕੀ ਸੰਗਤ ਸੰਗਤ ਦੀ ਸੰਗਤ ਦਿਸਦੀ ਆ, ਜਿੱਥੇ ਗੁਰਦੁਆਰੇ ਦੇ ਵਿੱਚ ਸੰਗਤ ਬੈਠੀ ਆ, ਇੱਥੇ ਬਾਹਰ ਦੇ ਵੀ ਗੁਰੂ ਕੀ ਸੰਗਤ, ਬਾਹਰ ਪੰਡਾਲ ਦੇ ਵਿੱਚ ਵੀ ਜਗ੍ਹਾ ਬਹਿਣ ਵਾਸਤੇ ਨਹੀਂ, ਕਿਹੜੀ ਪੰਡਾਲ ਦੇ ਵਿੱਚ ਗੁਰੂ ਕੀ ਸੰਗਤ ਜਿਹੜੀ ਉਹ ਸਾਰੀ ਸੰਗਤ 'ਤੇ ਪਹੁੰਚੀ ਆ। ਆਪੋ ਆਪਣੀ ਸ਼ਰਧਾ ਦੇ ਤੁਸੀਂ ਖੁੱਲ੍ਹ ਭੇਟ ਕਰਨ ਵਾਸਤੇ ਆਏ ਜੇ ਗੁਰੂ ਕੀ ਸੰਗਤ। ਇਹ ਗੁਰਦੁਆਰਾ ਨਾਨਕ ਸਾਹਿਬ ਖਾਲਸਾ
ਬਾਬਾ ਬਲਜੀਤ ਸਿੰਘ ਜੀ ਜਿਹੜੇ ਇੱਥੇ ਮੁੱਖ ਪ੍ਰਬੰਧਕ ਆ, ਜਿਹੜੇ ਇੱਥੋਂ ਦੇ ਕਰਤਾ ਧਰਤਾ ਗੁਰੂ ਕੀ ਸੰਗਤ, ਇਹਨਾਂ ਦਾ ਵੀ ਹਜ਼ੂਰ ਸਾਹਿਬ ਦੇ ਨਾਲ ਨਿੱਜੀ ਪਿਆਰ ਆ। ਗੁਰੂ ਕੀ ਸੰਗਤ ਸਾਡੇ ਕੋਲ ਉੱਥੇ ਪਹੁੰਚਦੇ ਰਹਿੰਦੇ ਆ, ਨਾਲ ਹੀ ਉਹਨਾਂ ਦੇ ਬਾਬਾ ਸੇਵਾ ਸਿੰਘ ਜੀ ਜਿਹੜੇ ਨਾਨਕਸਰ ਠਾਕ ਦੇ ਉੱਤੇ ਡਿਊਟੀ ਕਰਦੇ ਆ, ਇਹਨਾਂ ਦਾ ਆਪਸੀ ਚੋਣ ਦਾ ਬਹੁਤ ਵੱਡਾ ਪਿਆਰ ਆ। ਤਾਂ ਗੁਰੂ ਕੀ ਸੰਗਤ ਜਦੋਂ ਵੀ ਉੱਥੇ ਪਹੁੰਚਦੇ ਆ, ਬਹੁਤ ਸਮਾਂ ਸਾਡੇ ਕੋਲ ਰਹਿੰਦੇ ਆ। ਇਸ ਇਲਾਕੇ ਦੇ ਵਿੱਚੋਂ ਵੀ ਗੁਰੂ ਕੀ ਸੰਗਤ ਸੇਵਾ ਇਕੱਠੀ ਕਰਕੇ ਗੁਰੂ ਕੀ ਸੰਗਤ ਦੇ ਵੀ ਹਰ ਸਾਲ ਦੋ ਗੱਡੀਆਂ ਉੱਥੇ ਪਤਨੀਆਂ ਭੇਜਦੇ ਆ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਮੁੱਚੀ ਸੰਗਤ ਦਾ ਜਿੱਥੇ ਧੰਨਵਾਦ ਆ ਗੁਰੂ ਕੀ ਸੰਗਤ, ਉੱਥੇ ਗੁਰੂ ਕੀ ਸੰਗਤ ਭਾਈ ਨਵਾਬ ਸਿੰਘ ਦੇ ਮਾਤਾ ਜੀ, ਉਹਨਾਂ ਦੇ ਘਰ ਦੇ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਸਾਰੇ ਹੀ ਰਿਸ਼ਤੇਦਾਰਾਂ ਸਗਾ ਸਬੰਧੀਆਂ ਦਾ, ਗੁਰੂ ਕੀ ਸੰਗਤ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਇਹਦੀਆਂ ਬੇਨਤੀਆਂ ਗੁਰੂ ਕੀ ਸੰਗਤ ਨੇ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਖੜੀ ਮਾਫ਼ੀ ਚੁਕਾਓ, ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਆਓ, ਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੰਤ ਮਹਾਂਪੁਰਸ਼ ਬਾਬਾ ਨਰਿੰਦਰ ਸਿੰਘ ਜੀ, ਹਜ਼ੂਰ ਸਾਹਿਬ ਵਾਲੇ ਜਿਨ੍ਹਾਂ ਦਾ ਸਰਦਾਰ ਨਵਾਬ ਸਿੰਘ ਦੇ ਨਾਲ ਆਪਣੇ ਬੱਚਿਆਂ ਦੇ ਤਰ੍ਹਾਂ ਪਿਆਰ ਸੀ। ਬਾਬਾ ਜੀ ਨੇ ਕਥਾ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਹੈ, ਔਰ ਸਾਨ ਦੇ ਜੋ ਇਸ ਜਾਮੇ ਦੀਆਂ ਆਉਣ ਦਾ ਇੱਦਾਂ ਹੈ ਕਿ ਅੱਜ ਜੋ ਸਾਧ ਸੰਗਤ ਇੱਥੇ ਬੈਠੀ ਹੈ, ਬਾਬਾ ਜੀ ਉਹਨਾਂ ਦੇ ਹਰ ਇੱਕ ਦੇ ਅੱਖ ਦੇ ਵਿੱਚ ਅੱਥਰੂ ਹੈ। ਔਰ ਇੰਨੇ ਵਿਰਾਟ ਦੇ ਵਿੱਚ ਸੰਗਤ ਜਿਹੜੀ ਹੈ ਨਾ, ਉਹ ਗੁਰੂ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕਰ ਰਹੀ ਹੈ ਕਿ ਸੱਚੇ ਪਾਤਸ਼ਾਹ ਅੱਜ ਸਰਦਾਰ ਨਵਾਬ ਸਿੰਘ ਨੂੰ ਆਪਣੇ ਚਰਨਾਂ 'ਚ ਨਵਾਸ, ਪਿੱਛੇ ਸਾਨੂੰ ਪਰਿਵਾਰ ਨੂੰ, ਇਲਾਕੇ ਨੂੰ, ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਹੁਣ ਬਾਬਾ ਸੇਵਾ ਸਿੰਘ ਜੀ ਜੋ ਅਨੰਦਸਰ ਹਾਟ ਦੇ ਮੁਖੀ ਨੇ, ਉਹ ਅਨੰਦਸਰ ਜੀ ਦਾ ਪਾਠ ਅੰਤਿਮ ਅਰਦਾਸ, ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਜਿਹੜੇ ਸੱਜਣ ਆਏ ਨੇ ਚਾਲੂ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Yeah.
ਕਰਕੇ ਹਰ ਕਿਸੇ ਨੂੰ ਜਾਣਾ ਪੈਂਦਾ ਹੈ, ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ। ਬਾਬਾ ਫਰੀਦ ਜੀ ਕਹਿੰਦੇ ਹਨ, ਛੇ ਪਹਿਰਾਂ ਦੀ ਜਾਗਣਾ ਕੋਈ ਜਿਹਾ ਰਹਿਆ, ਜਿਸ ਆਸਣ ਹਨ ਬੈਠੇ ਕੀਤੇ ਬੈਠ ਪਿਆ। ਪਰ ਜਾਣ ਜਾਣ ਵਿੱਚ ਬੜਾ ਫਰਕ ਹੈ, ਗੁਰਮੁਖ ਲਾਵਾ ਥੱਕ ਕੇ ਜਾਂਦੇ ਹਨ, ਮਨਮੁਖ ਮੂਲ ਵੀ ਜਾ ਕੇ ਚਲੇ ਜਾਂਦੇ ਹਨ। ਸਤਿਗੁਰ ਜੀ ਦਾ ਮਹਾਂਵਾਕ ਹੈ, ਗੁਰਮੁਖ ਲਾਵਾ ਲੈ ਗਏ ਮਨਮੁਖ ਚੱਲੇ ਮੂਲ ਦਵਾਏ ਜੀ। ਭਾਈ ਸਾਹਿਬ ਨਵਾਬ ਸਿੰਘ ਜੀ ਜਿਵੇਂ ਉਹਨਾਂ ਹੀ ਮਹਾਂਪੁਰਸ਼ਾਂ ਨੇ ਕਥਨ ਕੀਤੇ ਹਨ, ਉਹ ਕਿੰਨਾ ਗੁਰੂ ਘਰ ਦੇ ਨਾਲ ਪਿਆਰ ਸੀ, ਲਾਹਾ ਖੱਟ ਕੇ ਦੁਨੀਆਂ ਤੋਂ ਗਏ ਹਨ, ਚਾਹੇ ਛੋਟੇ ਉਮਰ ਵਿੱਚ ਚਲੇ ਗਏ, ਪਰ ਜੋ ਦੇਣ ਦੇ ਗਏ ਸੰਸਾਰ ਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ, ਸਾਰੇ ਪੰਜਾਬ ਨੂੰ ਵੀ ਬਹੁਤ ਹੀ ਨਿਰਵਰਤਨ ਵਾਲੇ ਵਿਚਾਰ ਵਾਲੇ ਗੁਰਮੁਖ ਪਿਆਰੇ ਸਨ। ਕੋਈ ਵੀ ਗੁਰਮੁਖ ਪਿਆਰਾ ਜਾਂਦਾ ਸੀ ਤਾਂ ਕਿਸੇ ਨੂੰ ਵੀ ਨਿਰਾਸ਼ ਨਹੀਂ ਸਨ ਮੋੜਦੇ, ਸਾਰਿਆਂ ਦੇ ਨਾਲ ਉੱਠ ਕੇ ਤੁਰ ਪੈਂਦੇ ਸਨ ਅਤੇ ਉਸਦਾ ਕੰਮ ਕਰਵਾਉਂਦੇ ਸਨ। ਐਸੇ ਸਨ ਗੁਰਮੁਖ ਪਿਆਰੇ ਜੋ ਆਪਣੇ ਵਿੱਚ ਨਹੀਂ ਰਹੇ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਜਾ ਪਹੁੰਚੇ ਹਨ। ਇਸ ਸਟੇਜ 'ਤੇ ਕਈ ਵੇਰ ਤੋਂ ਬਚਨ ਸੁਣਾਉਂਦੇ ਸਨ ਖਲੋ ਕੇ ਕਿ ਸਾਡੇ ਵੱਟ ਤੇਰੇ ਜੋ ਪਾਠ ਛੱਡ ਕੇ ਜਾਣਾ ਹੈ, ਉਹ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਨੂੰ ਸ਼ਾਮਲ ਕਰਨਾ, ਆਓ ਆਪਾਂ ਸਾਰੇ ਮਾਨਸਾ ਦੇ ਕੀਰਤਨ ਦੇ ਨਾਲ ਆਇਆ।
ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਲਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੋ ਜੇਠੈ ਸਭ ਪਜਾਏ ਤੀਗ ਬਹਾਦਰ ਸਿਮਰੀਐ ਘਰ ਨਾਨਕ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਏ ਸਭ ਥਾਈ ਹੋਣਾ ਜੀ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਗੇ ਖਾਲਸਾ ਜੀ ਬੋਲਣਾ ਜੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਹਾਜ਼ਰਾ ਹਜ਼ੂਰ ਜਾਹਿਰਾ ਜਹੂਰ ਸਭ ਕਲਾ ਭਰਪੂਰ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਠ ਦਰਸ਼ਨ ਦਾਰ ਕਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਦਸ ਪਾਤਸ਼ਾਹੀਆਂ ਚਾਰ ਸਾਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਜੰਗਿਆਂ ਜੀ ਦੀ ਪਾਵਨ ਪਵਿੱਤਰ ਕਮਾਈ ਕਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਸਮੋਹ ਪ੍ਰਕਰਤਾਂ ਸਮੋਹ ਪ੍ਰਦਵਾਰਿਆਂ ਝੰਡਿਆਂ ਹੋਗਿਆਂ ਨਿਸ਼ਾਨਾਂ ਗੁਰਧਾਮਾਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਦਾਸਾਂ ਦੇ ਸਿਰ ਦੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮ ਦਾਨ ਸਿੱਖੀ ਦਾਨ ਸਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨ ਕਮਲਾਂ ਨਾਲ ਬਣਿਆ ਵੇ ਸਿੱਖੀ ਦੇ ਸਵਾਸਾਸਨ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਆਪਦੇ ਚਰਨਾਂ ਨਾਲ ਮਿਲ ਲਓ ਟੁੱਟੀ ਗੰਢੋ ਜੀ ਮਿਹਰਬਾਨ ਸੱਚੇ ਪਾਤਸ਼ਾਹ ਜੀ ਜੋ ਭਾਵੈ ਸੋ ਕੰਮ ਕਰਾਈ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮੰਦ ਬਹੁਤ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੇਂ ਤਿੱਥੇ ਰੱਖ ਲਈ ਜਿੱਥੇ ਨਾ ਭਾਵੇਂ ਜਿੱਥੇ ਨਾ ਰੱਖੀ ਜਿੱਥੇ ਵੇ ਰੱਖੀ ਆਪਦੇ ਸੋਹਣਿਆਂ ਚਰਨ ਕਮਲਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹ ਦੇ ਸਾਜਿਆਂ ਨਵਾਜਿਆਂ ਗੁਰਮੁਖਾਂ ਦੇ ਵੇਲੇ ਬਖਸ਼ੀ ਗਰੀਬ ਨਵਾਜ ਜਿਨ੍ਹਾਂ ਦੇ ਮਿਲਣ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋ ਗਈ ਧੁਰ ਦਰਗਾਹ ਦੀ ਸਮਰਥ ਮਿਲੇ ਪਾਤਸ਼ਾਹ ਦਰਗਾਹ ਤੋਂ ਡਿੱਗੇ ਧੱਕੇ ਨਿੰਦਕ ਸਾਖਰ ਦਾ ਸੰਗ ਨਾ ਦੇਣਾ ਮੈਂ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਰਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਚੜ੍ਹਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਵਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੀ ਚਰਨ ਕਮਲ ਵਸੈ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਬੁਝਾਈ ਨਾਨਕ ਦਾ ਤਾਂ ਕੈ ਵਲਿਹਾਰ ਜਿਨ ਪੂਰਨ ਪੈ ਜਿਰ ਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਬੁਝਾਈ ਨਾਨਕ ਦਾ ਤਾਂ ਕੈ ਵਲਿਹਾਰ ਜਿਨ ਪੂਰਨ ਪੈ ਜਿਰ ਖਾਈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਭ ਤੋਂ ਪਹਿਲਾਂ ਉਹ ਛੋਟੇ ਵੀਰ ਜੀ ਅੱਜ ਜੀ ਇਕੱਠੇ ਹੋਏ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਪਹਿਲਾਂ ਬਾਬਾ ਜੀ ਨੇ ਬੇਨਤੀ ਕੀਤੀ ਸੀ ਕਿ ਪਲੀਜ਼ ਜਿੱਥੇ ਵੀ
कोई बैठने जगह मिलती है पिछे पंडाल के चले जाओ, क्योंकि जो VIP अपने नेता पहुंच रहे हैं। साबका मुख्यमंत्री पंजाब बीबी रजिंदर कौर भट्टर जी पहुंच चुके हैं, जिन्होंने नाल उन्होंने एक बच्चा कह रही है सरदार नवाब सिंह, वो भी इस परे मन के नाल साढ़े बीच मौजूद ने। साढ़े दरम्यान महाराणी परमीत कौर जी पहुंच चुके हैं, प्लीज जरा साइड दे दो, मैं बेनती करांगा सब नूं प्लीज उन्होंने अगे आ जाओ। मैं एक मास के मैं बेनती करांगा कि सारी मैनू तकरीबन पता है, प्लीज मैं बेनती करांगा जो कोई कॉन्फ्रेंस नाल साड़ी छोटी भैन सरदार नवाब सिंह के घरों भैन जी वरिंदर कौर और साड़ी भुआ जी गुरबचन कौर को बेनती करांगा कि वह बाबा जी को सुन कर लैन। मैं बेनती करांगा भैन जी और साड़ी मां कि वो बेटी नवजोत भी नाल आ, बाबा जी ने जाना बड़े वजीले ने, बाबा जी ने महापुरुषों ने फिर होर कितने पहुंचना है। मैं बेनती करांगा कि आज अपना सरोप बाबा साढ़े भैन जी वरिंदर कौर ते साड़ी मां गुरबचन कौर जिन्ना समा कुछ पहले लाया है, इसके नाल सारी कवर जी है वो मेरे बच्चों जी की तुम देख सकते करता मेरा कर्तव्य हो। मैं बेनती करांगा फिर हाथ जोड़ के पाने चरणों के सारे पीछे पंडाल के बाहर जगह जी है उसे जिला शेखूपुरा नजदीक नरकाना साहब के जो साडा पाकिस्तान के पाकिस्तान की वंड तो बाद 1947 के अमृतसर होंदे हुए अलग अलग कचियां अलाटमेंटा के पाकिस्तान तो लैके हिंदुस्तान की धरती तक साडे बजुर्गों ने जो तकलीफा और जो परिवारों को बचा के अपनी इज्जतों को बचा के हिंदुस्तान लिया, सरदार नवाब सिंह जी ने माता गुरबचन कौर पिता साहब ज्यों सिंह दे घर जन्म लिया, क्योंकि साडे रिश्तेदारी नजदीक हुण ते सानूं सारा पता है कि मेरे तो सरदार नवाब सिंह 3 महीने छोटा सी। सरदार नवाब सिंह ने जन्म लैण तो बाद सानूं बहुत वड्डा घाटा पिया कि साडे फुफ्फण जी सरदार ज्यों सिंह ते सरदार अवतार सिंह की मर्डर हो चुके से। उस तो बाद असी अपने घर में संभालिया और संभालन तो बाद 1988 के विच मैं और मेरे छोटे वीर ने राजनीति के विच कदम रखिया और कदम रखने तो बाद उस मेरे छोटे वीर ने कदे मुड़ के नहीं देखा कि मेरा घर खराब होंदा है जां मेरा परिवार किदां मरदा है। दिन बाय दिन कदम बढ़ाता गया
और अज ना पूरा होने वाला घाटा सानू जो क्या है, एक दिन पहला हजूर साहब को टेलीफोन पर गल हुई कि मैं आ रहा और मैं आके कोई बैठ के गल करनी है। उस तो बाद उस मेरे वीर की सदा ली गल जी सी बंद हो गई और अज असी सत्कार और श्रद्धा भेट करने वास्ते इतने एकत्र हुए। महाराणी साहिबा बीबी रजिंदर कौर जी बैठे ने, तुहाडे वो बच्चों की तरह तुहाडी उंगली फड़ के चलिया सी और अज उस रंगले सज्जन की मैनू कोई कहण की लोड़ नहीं स्टेज तो, जो तुसी भरे मन के नाल अपने बच्चे को श्रद्धा ते सत्कार भेट करना है। बाबा जी महापुरुष नरेंद्र सिंह जी जिवें अगे भाव होए सी, मैं देखिया सी बाबा जी जो कथा कर रहे सी ना और बाबा जी ने चेहरे तो पता लग रहा सी कि बाबा जी जो मैनू पता, मैं असीं दोनों इकट्ठे भरा बाबा जी नूं मिलदे हुंदे सी, एडे वड्डे महापुरशां नूं मिलणा और एडे वड्डे महापुरशां ने सत्कार देना बहुत वड्डी गल सी। ਸਾਡੇ ਮਹਾਂਪੁਰਸ਼ ਬਾਬਾ ਹਰੀਕ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਆਏ ਨੇ, ਮੈਂ ਹੈਰਾਨ ਹਾਂ ਇਸ ਗੱਲ ਤੋਂ। ਇਸ ਅੱਜ ਸਟੇਜ ਦੇ ਉੱਪਰ ਮਹਾਂਪੁਰਸ਼ਾਂ ਦਾ ਮੈਂ ਕਿਹੜਾ ਕਿਹੜਾ ਨਾਂ ਲਵਾਂ, ਮੈਨੂੰ ਤਕਰੀਬਨ ਸਾਰੇ ਮੈਂ ਜਾਣਦਾ ਕਿ ਬੈਠੇ ਹੋਏ ਨੇ ਇਲਾਕੇ ਦੇ ਵਿੱਚੋਂ ਸਿਆਸੀ ਪਾਰਟੀਆਂ ਸਾਡੀ ਇਸ ਹਲਕੇ ਦੀ ਰਵਾਇਤ ਰਹੀ ਹੈ ਕਿ ਅਸੀਂ ਇਸ ਹਲਕੇ ਦੇ ਵਿੱਚ ਕਦੇ ਸਿਆਸੀ ਪਾਰਟੀ ਦਾ ਕੋਈ ਬੈਣਾ ਰੱਖ ਕੇ ਨਹੀਂ ਚੱਲੇ। ਅਸੀਂ ਆਪਣਾ ਭਾਈਚਾਰਾ ਔਰ ਆਪਣੇ ਇਲਾਕੇ ਦੀ ਸੇਵਾ ਵੱਲ ਦੇਖਦੇ ਹਾਂ ਔਰ ਮੇਰੇ ਵੀਰ ਦਾ ਵੀ ਕਹਿਣਾ ਇਹੀ ਹੁੰਦਾ ਸੀ ਕਿ ਆਪਾਂ ਜ਼ਿਆਦਾ ਪ੍ਰੈਸ਼ਰ ਵਾਲੀ 'ਚ ਨਹੀਂ ਪੈਣਾ, ਆਪਾਂ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ ਔਰ ਭੈਣ ਭਰਾਵਾਂ ਦੇ ਨਾਲ ਵਿਚਰਨ ਦੇ ਵਿੱਚ ਵੀ ਸਾਡੀ ਵੱਡੀ ਵਡਿਆਈ ਹੋਊਗੀ ਔਰ ਵੱਡੀ ਗੱਲ ਹੋਊਗੀ। ਔਰ ਮੈਂ ਸਾਡੇ ਪੁਲਿਸ ਦੇ ਬਹੁਤ ਕੁਛ ਵੱਡੀ ਦੇ ਅਫਸਰ ਸਾਹਿਬਾਨ ਬੈਠੇ ਨੇ, ਸਰਦਾਰ ਨਰਿੰਦਰ ਸਿੰਘ ਜੀ ਚਾਹ ਆਏ ਨੇ, ਸਰਦਾਰ ਪਰਮਰਾਜ ਅਮਰਿੰਦਰ ਜੀ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ, ਸਾਡੇ ਐਸਪੀ ਸਾਹਿਬ ਸਰਦਾਰ ਨਰਿੰਦਰ ਸਿੰਘ ਰੰਧਾਵਾ ਜੀ ਬੈਠੇ ਨੇ, ਡੀਐਸਪੀ ਅਜੇਪਾਲ ਜੀ ਬੈਠੇ ਨੇ, ਗੁਰਿੰਦਰ ਸਿੰਘ ਅਤਰੀ ਜੀ ਬੈਠੇ ਨੇ, ਤਕਰੀਬਨ ਸਾਡਾ ਉੱਥੇ ਨਵਾਬ ਸਿੰਘ ਦਾ ਨਾਮ ਆਉਂਦਾ ਹੈ। ਜੇ ਪੰਜਾਬ ਦੀ ਗੱਲ ਕਰ ਲਓ ਤੇ ਨਵਾਬ ਸਿੰਘ ਦਾ ਨਾਮ ਆਉਂਦਾ ਹੈ ਵੀ ਨਵਾਬ ਸਿੰਘ ਜੀ ਦੇ, ਉਹ ਹੈ ਵੀ ਨਵਾਬ ਸਿੰਘ, ਉਹਨੇ ਨਵਾਬਾਂ ਵਾਲੇ ਕੰਮ ਕੀਤੇ ਆ। ਸੰਸਕਾਰ ਵਾਲੇ ਦਿਨ ਪਾਕਿਸਤਾਨ ਤੋਂ ਫੋਨ ਆਇਆ, ਅਸੀਂ ਵੀਜ਼ਾ ਲਵਾਉਣ ਦੀ ਬੜੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਵੀਜ਼ਾ ਨਹੀਂ ਮਿਲ ਰਿਹਾ। ਮੈਂ ਪਰਸੋਂ ਪਰਿਵਾਰ ਤੋਂ ਬੈਠਾ ਸੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ, ਜੋ ਬਾਬਾ ਜੀ ਦੱਸ ਕੇ ਗਏ ਆ, ਮੇਰੀ ਚਾਚੀ ਜੀ ਦੱਸਦੇ ਸੀ ਨਵਾਬ ਸਿੰਘ ਇੱਕ ਬੋਰਾ ਜੁੱਤੀਆਂ ਦਾ ਭਰਿਆ, ਉੱਥੇ ਲੋੜਵੰਦਾਂ ਨੂੰ ਛੁੱਟੀਆਂ ਮੰਗੀਆਂ, ਪੈਸੇ ਦੀ ਵਰਖਾ ਕਰ ਦਿੱਤੀ, ਜਿਹੜਾ ਵੀ ਜੀ ਲੋੜਵੰਦ ਆਇਆ ਉਹਨੂੰ ਮੁੱਠੀ ਭਰ ਕੇ ਦਿੱਤੀ ਤੇ ਆਪਣੀ ਬੇਟੀ ਨੂੰ ਇੱਕ ਗੱਲ ਕਹਿ ਗਿਆ, ਕਹਿੰਦਾ ਪੁੱਤਰਾ ਤੇਰੇ ਵਰਗੀਆਂ ਧੀਆਂ ਡੀਐਸਪੀ ਭਰਤੀ ਹੁੰਦੀਆਂ ਨੇ, ਮੈਂ ਚਾਹੁੰਦਾ ਤੂੰ ਮੇਰੀ ਧੀ ਮੁੰਡਿਆਂ ਵਰਗੀ ਏ, ਤੂੰ ਵੀ ਇਸ ਡੀਐਸਪੀ ਬਣ ਕੇ ਸੇਵਾ ਕਰੀ ਪਰ ਮੈਂ ਤੈਨੂੰ ਵੇਖਣਾ ਨਹੀਂ। ਹੋ ਇਹ ਨਵਾਬ ਸਿੰਘ ਮੈਸੇਜ ਦੇ ਰਿਹਾ ਆਪਣੀ ਧੀ ਨੂੰ ਹਜ਼ੂਰ ਸਾਹਿਬ ਦੀ ਧਰਤੀ ਉੱਤੇ, ਤੇ ਧੀ ਅੱਗੋਂ ਕਹਿੰਦੀ ਬਾਬਾ ਤੂੰ ਕਿਹੋ ਜਿਹੀਆਂ ਗੱਲਾਂ ਕਰਦੇ, ਪਰ ਉਹਨੂੰ ਉਹ ਇਹ ਗੱਲ ਸੁੱਝ ਗਈ ਸੀ ਜਿਵੇਂ ਬਾਬਾ ਜੀ ਦੱਸ ਕੇ ਗਏ ਆ, ਉਹਨਾਂ ਦੀ ਅੰਦਰੋਂ ਸੁੱਖ ਉਸ ਗੱਲ ਪੁਰਖ ਨਾਲ ਜੁੜ ਚੁੱਕੀ ਸੀ। ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਨਾਲ ਪਿਆਰ ਕਰਦਾ ਸੀ, ਉਹਨੂੰ ਸੋਝੀ ਹੋ ਗਈ ਸੀ ਮੇਰਾ ਸਮਾਂ ਨੇੜੇ ਆ ਗਿਆ, ਪਰ ਹਜ਼ੂਰ ਸਾਹਿਬ ਨੂੰ ਕੌਣ ਸਾ, ਉਹ ਰੱਬ ਨੂੰ ਪਿਆਰਾ ਹੋ ਗਿਆ। ਅੱਜ ਆਪਾਂ ਸਾਰਿਆਂ ਨੇ ਉਹ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ
ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਪਿੱਛੇ ਉਸ ਬੱਚੀ ਨੂੰ, ਉਸ ਪਰਿਵਾਰ ਨੂੰ, ਉਹਨਾਂ ਦਾ ਭਰਾ ਹਰਿੰਦਰ ਸਿੰਘ, ਮੈਂ ਜਿੰਨੇ ਵੀ ਸਾਡੇ ਪਿੰਡ ਨੇ ਸਾਰਿਆਂ ਨੂੰ ਕਹਾਂਗਾ ਵੀ ਉਹ ਤਾਂ ਸਾਡੇ ਕੋਲ ਵਾਪਸ ਨਹੀਂ ਆਉਣਾ, ਪਰ ਆਪਾਂ ਇਸ ਗੱਲ ਨੂੰ ਹੋਰ ਅੱਗੇ ਵਧਾ ਕੇ ਸਮਾਜ ਦੀ ਸੇਵਾ ਕਰਨੀ ਹੈ। ਸਾਧ ਸੰਗਤ ਦੀ ਮੇਰੀਆਂ ਨੂੰ ਵੇਖਦੀਆਂ ਨੇ, ਕੋਈ ਲਫ਼ਜ਼ਬੰਦ ਘੱਟ ਬੋਲਿਆ ਕੋਈ ਵਾਪਸ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨਿਵਾਸ ਸਿੰਘ ਜੀ ਦੀ ਯਾਦ ਵਿੱਚ ਅਤੁੱਟ ਤੋੜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਹੁੰਚੇ ਹਨ। ਇਤਿਹਾਸ ਗਵਾਹ ਹੈ, ਗ੍ਰੰਥ ਗਵਾਹ ਹਨ, ਜਿਹਨੇ ਆਇਆ ਹੈ ਉਹਨਾਂ ਜਾਣਾ ਨਿਸ਼ਚਿਤ ਹੈ। ਲੇਕਿਨ ਬਹੁਤ ਸਾਰੇ ਪ੍ਰਾਣੀ ਆਪਣੇ ਆਪਣੀ ਬਿਮਾਰੀਆਂ ਤੋਂ ਮੁਕਤ ਹੋ ਕੇ ਜਾਂਦੇ ਹਨ ਅਤੇ ਬਹੁਤ ਸਾਰੇ ਪ੍ਰਾਣੀ ਆਪਣੇ ਆਪਣੀ ਬਿਮਾਰੀਆਂ ਨੂੰ ਦੂਰੀਆਂ ਕਰਕੇ ਚਲੇ ਜਾਂਦੇ ਹਨ। ਉਹਨਾਂ ਅੱਗੇ ਦੁੱਖ ਹੁੰਦਾ ਹੈ। ਅਜੇ ਨਿਵਾਸ ਸਿੰਘ ਉੱਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ, ਪਰਿਵਾਰਿਕ ਬੜੀ ਜ਼ਿੰਮੇਵਾਰੀਆਂ ਸਨ। ਇਹਨਾਂ ਨਾਲ ਕਾਫ਼ੀ ਕਮੀ ਪੰਜਾਬ ਦੀ ਧਰਤੀ ਨੂੰ ਨਹੀਂ ਪਈ ਅਤੇ ਹਰਿਆਣੇ ਦੀ ਧਰਤੀ ਨੂੰ ਇਹਨਾਂ ਦੀ ਕਮੀ ਮਹਿਸੂਸ ਹੋਈ ਹੈ। ਅੱਜ ਤੋਂ 4 ਸਾਲ ਪਹਿਲੇ ਪੂਰਵ ਮੁੱਖ ਮੰਤਰੀ ਬੀਬੀ ਚਿੰਦਰ ਕੌਰ ਪੱਟਾਜੀ ਦਾ ਕਰਨਾਲ ਦੌਰਾ ਸੀ। ਉਸ ਦੌਰੇ ਦੇ ਦੌਰਾਨ ਇਹਨਾਂ ਦੀ ਮੇਰੀ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਝੰਡੇ ਅਤੇ ਰਖਸਾਨੇ ਦੇ ਪਾਸੇ ਵੀ ਹਿੱਸੇਦਾਰੀ ਹੈ। ਸਾਡਾ ਪਿਆਰ ਕਾਫ਼ੀ ਵਧਿਆ। ਲੇਕਿਨ ਅਚਾਨਕ ਕੁਝ ਦਿਨ ਪਹਿਲੇ ਜਦੋਂ ਪਤਾ ਲੱਗਿਆ ਕਿ ਉਹ ਸੰਸਾਰ ਵਿੱਚ ਨਹੀਂ ਰਹੇ, ਯਕੀਨਨ ਬੜਾ ਦੁੱਖ ਹੋਇਆ। ਇਹ ਦੁੱਖ ਦੀ ਘੜੀ ਵੀ ਹਰਿਆਣਾ ਦੇ ਪੂਰਵ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਵੀ ਪਹੁੰਚਣਾ ਚਾਹੁੰਦੇ ਹਨ, ਲੇਕਿਨ ਉਹਨਾਂ ਦਾ ਪਹਿਲੇ ਰੋਕਿਆ ਪ੍ਰੋਗਰਾਮ ਸੀ ਸੋਨੀਪਤਾ 'ਚ ਰੈਲੀ ਸੀ, ਉਹ ਨਹੀਂ ਪਹੁੰਚ ਪਾ ਕੇ। ਉਹਨਾਂ ਵੱਲੋਂ ਵੀ ਪਰਿਵਾਰ ਦੇ ਪ੍ਰਤੀ ਜੋ ਸੰਦੇਸ਼ ਹੈ ਕਿ ਦੁੱਖ ਦੇ ਘੜੀ 'ਚ ਵੀ ਸਾਡੇ ਨਾਲ ਹਨ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਹੁਣ ਮੈਂ ਜੋ ਸੋਗ ਸੰਦੇਸ਼ਾ ਆਇਆ ਹੈ ਸਰਦਾਰ ਦਰਬਾਰ ਸਿੰਘ ਜੀ ਲੈ ਕੇ ਆਏ ਨੇ ਹੁੱਡਾ ਸਾਹਿਬ ਦਾ, ਹੁਣ ਨਹੀਂ ਪਹੁੰਚ ਸਕੇ, ਉਹਨਾਂ ਨੇ ਸੋਗ ਸੰਦੇਸ਼ਾ ਭੇਜਿਆ ਹੈ ਸਰਦਾਰ ਦਰਬਾਰ ਸਿੰਘ ਜੀ ਦਾ, ਦੇ ਬਹੁਤ ਮਿਹਰਬਾਨੀ। ਔਰ ਰਣਜੀਤ ਸਿੰਘ ਛੋਟੇ ਵਾਲਾ ਜੋ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਹਨ, ਉਹਨਾਂ ਨੇ ਵੀ ਸੋਗ ਸੰਦੇਸ਼ਾ ਭੇਜਿਆ, ਉਹਨਾਂ ਦੀ ਵੀ ਬੜੀ ਮਿਹਰਬਾਨੀ। ਹੁਣ ਸਾਡੇ ਵਿੱਚ ਬੁਲਾਰੇ ਬਹੁਤ ਜ਼ਿਆਦਾ ਨੇ, ਮੈਂ ਜਿਹਨਾਂ ਨੂੰ ਨਹੀਂ ਬੁਲਾ ਸਕਦਾ ਉਹਨਾਂ ਦਾ ਜਿਹੜਾ ਨਾਮ ਹੈ ਉਹ ਜ਼ਰੂਰ ਸਟੇਜ 'ਤੇ ਲਾਊਂਗਾ। ਸਾਡੇ ਕੋਲ ਸਾਬਕਾ ਮੰਤਰੀ ਸਰਦਾਰ ਰਣਜੀਤ ਸਿੰਘ ਘੱਗਾ ਵੀ ਪਹੁੰਚੇ ਸਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਨਿਰਮਲ ਸਿੰਘ ਹਰਿਓ ਵੀ ਪਹੁੰਚੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਹਰਿਆਣਾ ਸਾਬਕਾ ਖੇਤੀਬਾੜੀ ਮੰਤਰੀ ਸਰ ਪਰਮਜੀਤ ਸਿੰਘ ਜੀ ਨੂੰ ਕਿ ਉਹ ਆਉਣ ਔਰ ਆਪਣੇ ਛੋਟੇ ਵੀਰ ਨੂੰ ਸਰਦਾਰ ਦੇ ਸਰਕਾਰ ਵੇਟ ਕਰਨ। ਸਰ ਪਰਮਜੀਤ ਸਿੰਘ ਜੀ ਹਰਿਆਣਾ ਸਾਬਕਾ ਖੇਤੀਬਾੜੀ ਮੰਤਰੀ। ਪਾਵਨ ਹਾਜ਼ਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਇੱਥੇ ਬੈਠੇ ਸਰਦਾਰ ਨਵਾਬ ਸਿੰਘ ਜੀ ਦੇ ਪਰਿਵਾਰ ਜਨ, ਮਹਾਰਾਣੀ ਰਣਜੀਤ ਕੌਰ ਜੀ, ਬੀਬੀ ਰਜਿੰਦਰ ਕੌਰ ਪਟੇਲ ਜੀ ਔਰ ਸਾਰੀ ਸਾਧ ਸੰਗਤ ਜੀ, ਸਾਡੇ ਇਸ ਪਰਿਵਾਰ ਨਾਲ ਬਹੁਤ ਹੀ ਪੁਰਾਣੇ ਅਟੂਟ ਪਰਿਵਾਰਿਕ ਸੰਬੰਧ ਹੈਗੇ ਹਨ। ਔਰ ਵਿਸ਼ਵਾਸ ਨਹੀਂ ਹੋਇਆ ਜਦੋਂ ਇਹ ਖਬਰ ਮਿਲੀ ਵੀ ਅੱਛਾ ਭਲਾ ਆਦਮੀ ਔਰ ਉਮਰ ਥੋੜ੍ਹੀ ਔਰ ਇਹ ਗੱਲ ਇਹ ਘਟਨਾ ਹੋ ਸਕਦੀ ਹੈ। ਥੋੜ੍ਹੇ ਸਮੇਂ ਪਹਿਲੇ ਵੀ ਅਸੀਂ ਕਰਨਾਲ ਉਤਾਲੀ ਪਿੰਡ ਵਿੱਚ ਗੱਡੇ ਸੀ, ਉੱਥੇ ਫੰਕਸ਼ਨ ਸੀ, ਸਰਦਾਰ ਜਗਮੋਹਨ ਸਿੰਘ ਔਰ ਸਾਰੇ ਗੁਰੂ ਦਸਵੀਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਉਹਨਾਂ ਦੀ ਸ਼ਹੀਦੀ ਦੇ ਮੌਕੇ ਨੇ ਅਸੀਂ ਇਕੱਠੇ ਸੀ। ਕੋਈ ਜ਼ਿਆਦਾ ਸਮੇਂ ਨਹੀਂ ਹੋਇਆ ਔਰ ਤਕਰੀਬਨ ਹਫ਼ਤੇ ਦਸ ਦੇ ਵਿੱਚ ਮਿਲਣਾ ਹੁੰਦਾ ਸੀ ਸਾਡਾ, ਔਰ ਵਿਸ਼ਵਾਸ ਵੀ ਨਹੀਂ ਹੋਇਆ ਕਿ ਇੰਨੀ ਥੋੜ੍ਹੀ ਉਮਰ ਇੱਕਦਮ ਐਸੀ ਘਟਨਾ ਹੋ ਗਈ। ਬਹੁਤ ਹੀ ਜ਼ਿਆਦਾ ਅਪਾਰ ਦੁੱਖ ਸਾਡੇ ਪਰਿਵਾਰ ਨੂੰ ਪਹੁੰਚਿਆ ਔਰ ਮੈਨੂੰ ਪਹੁੰਚਿਆ, ਔਰ ਮੈਂ ਸਮਝ ਸਕਦਾ ਇਹ ਜੋ ਕਮੀ ਪਈ ਹੈ ਇਹ ਸਾਰੇ ਇਲਾਕੇ ਨੂੰ ਬਹੁਤ ਹੀ ਕਮੀ ਪਈ ਹੈ। ਪਰਿਵਾਰ ਦੀ ਇਹ ਸਾਰੀ ਜ਼ਿੰਦਗੀ ਇਹ ਕਮੀ ਦੂਰ ਨਹੀਂ ਹੋ ਸਕਦੀ, ਔਰ ਇਲਾਕੇ ਨੂੰ, ਧਰਮ ਨੂੰ, ਸਮਾਜ ਨੂੰ ਜੋ ਘਾਟ ਪਈ ਹੈ ਉਹ ਵੀ ਕਦੇ ਜਲਦੀ ਵੀ ਦੂਰ ਨਹੀਂ ਹੋ ਸਕਦੀ। ਸੋ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਸਰਦਾਰ ਨਵਾਬ ਸਿੰਘ ਦੇ ਪਰਿਵਾਰ ਨਾਲ ਖੜੇ ਰਹੀਏ, ਹਰ ਟਾਈਮ ਇਸ ਪਰਿਵਾਰ ਨਾਲ ਖੜੇ ਰਹੀਏ। ਦੂਸਰਾ, ਜੋ ਜੀਵਨ ਉਹਨਾਂ ਨੇ ਬਿਤਾਇਆ ਕਿ ਗੁਰੂ ਘਰ ਨਾਲ
सेवा गुरु घर की सेवा और इलाके की सेवा किसी ने जवाब नहीं दिता। मैं भी खेतीबाड़ी मंत्री सी हरियाणा में अक्सर मेरे को कमां वाले लेके आते काफी उन्होंने आन जान से और लोगों के कम वास्ते पूरा जोर देते थे नहीं मेरा कम है तो इतनी कमी समझना इलाके में बहुत पड़ी है जो बयान नहीं हो सकती। और पर गुरु नानक साहब ने फरमाया कि जीना झूठ है और मरना सच ये गुरु नानक साहब कहते थे और दूसरा वो कहते थे कि मरण दिखाए मंडल में आए मरण दिखाए मंडल में आए कि जन्म की कंडीशन है पहले वापसी की तरीक और बाद जन्म तो ज्यादा ना बोलते हुए सब सारे मेरे परिवार को सब सारे मैं बहुत अपार दुख पहुंचे और विश्वास नहीं होता पर उस वाहगुरु अगर अरदास करते हैं कि वाहगुरु उन्होंने परिवार को यह विछोड़ा बर्दाश्त करने की शक्ति दे और उन्होंने आत्मा को गुरु नानक साहब अपने चरणों में दुआस दे। परिवार को मैं कहना चाहता कि बड़ा अपना परिवार है बच्चों को जदों भी कितने भी साड़ी जरूरत होए कितने भी लोड़ होए असी नाल खड़े मिला वाहगुरु जी का खालसा वाहगुरू जी जय प्रताप सिंह जी कल आए जी उन्होंने बड़ी मेहरबानी सरदार नरेश सिंह जी नारवा उन्होंने बहुत मेहरबानी हूँ मैं बेनती करा साडे हल्के के विधायक श्री गुरु ग्रंथ साहब महाराज जी की पावन पवित्र गुरु साहब संगत वाहिगुरु जी का खालसा वाहिगुरु जी की फतेह। गुरु साहब का हुक्म है क्या जाना कि मरेंगे कैसा मरना ये सहन मनो न मिसर है और सहला मरना ये शब्द बिल्कुल गुरु साहब ने दृष्ट करवाया है कि ब्रह्म की मौत का मैं कोई पता नहीं ਉਹਦੀ ਮਰੰਮਤ ਦੀ ਮੌਤ ਕਿੱਥੇ ਹੋਣੀ ਹੈ ਕਿਹੜੀ ਜਗ੍ਹਾ ਹੋਣੀ ਹੈ ਕਿਵੇਂ ਹੋਣੀ ਹੈ ਅਗਲੀ ਕੁੱਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਸਹਿਲਾ ਮਰਨਾ ਮੇਰੇ ਛੋਟੇ ਵੀਰ ਸਵਾਗ ਨਵਾਬ ਸਿੰਘ ਨਾਲ ਵਾਲਾ ਇਸਤਰੀ ਵਾਪਰਿਆ ਉਹਨਾਂ ਦੀ ਮੌਤ ਤਾਂ ਸਫਾਈ ਹੋ ਗਈ ਕੋਈ ਦੁੱਖ ਨਹੀਂ ਚੱਲਿਆ ਮਿੰਟਾਂ ਸਕਿੰਟਾਂ ਦੇ ਵਿੱਚ ਪ੍ਰਾਣ ਦੇ ਗਏ ਪਰ ਸਫਾਮੀ ਸਰਕਾਰ ਸੰਸਾਰ ਬਣਾਉਂਦੇ ਦਾ ਕਹਿ ਗਏ ਪਰ ਜੋ ਪਰਿਵਾਰ ਨੂੰ ਪਤਨੀ ਨੂੰ ਆਪਣੀ ਬੱਚੀ ਨੂੰ ਆਪਣੇ ਪਰਿਵਾਰ ਦੇ ਸਕੇ ਸੰਬੰਧੀਆਂ ਨੂੰ ਔਰ ਸਾਡੀ ਖਾਸ ਤੌਰ 'ਤੇ ਪਾਰਟੀ ਦੇ ਉਹ ਚੌਹਦੇਦਾਰਾਂ ਨੂੰ ਮਹਾਰਾਣੀ ਪ੍ਰਦੀਪ ਕੌਰ ਜੀ ਨੂੰ ਬੀਬੀ ਜਿੰਦਰ ਕੌਰ ਭੱਖਾ ਜੀ ਨੂੰ ਜਿਨ੍ਹਾਂ ਦੇ ਨਾਲ ਹਮੇਸ਼ਾ ਕਦਮ ਨਾ ਕਦਮ ਲਾ ਕੇ ਤੁਰਦੇ ਸੀ ਪਰ ਮੈਂ ਸਮਝਦਾ ਇਹ ਤੁਹਾਡਾ ਕੰਮ ਪੂਰਾ ਨਹੀਂ ਹੋ ਸਕਦਾ ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਮੈਂ ਆਪ ਪੀ ਜੀ ਆਈ 'ਚ ਦਾਖਲ ਸੀ ਮਹਾਰਾਣੀ ਸਾਹਿਬ ਨੂੰ ਪਤਾ ਹੈ ਮੈਨੂੰ ਇਸ ਗੱਲ ਬਾਅਦ ਮੌਤ ਦਾ ਹੀ ਨਹੀਂ ਪਤਾ ਹੈ ਕਈ ਦਿਨਾਂ ਬਾਅਦ ਉਹਦਾ ਮੈਂ ਘਰ ਆਇਆ ਮੈਨੂੰ ਹੌਲੀ ਜਿਹੇ ਮੇਰੇ ਬੇਟੇ ਨੇ ਕਿਹਾ ਕਿ ਘਟਨਾ ਵਾਪਰ ਗਈ ਮੈਂ ਕਿਹਾ ਸੋਚਦਾ ਹੈ ਕਹਿੰਦਾ ਅੰਕਲ ਨਵਾਬ ਸਿੰਘ ਚੜ੍ਹਾਈ ਕਰ ਗਏ ਅਫਸੋਸ ਹੋਇਆ ਕੀ ਗੱਲ ਹੋਈ ਬਈ ਉੱਤੇ ਚੜ੍ਹਦੀ ਕਲਾ ਸੀਗੇ ਤੰਦਰੁਸਤ ਸੀਗੇ ਕੀ ਗੱਲ ਹੋਈ ਉਹਨਾਂ ਨੇ ਸਾਰੀ ਵਾਰਤਾ ਦੱਸੀ ਫਿਰ ਮੈਂ ਸਾਹਿਬ ਦਲੇਰ ਸਿੰਘ ਨਾਲ ਟੈਲੀਫੋਨ ਕੀਤਾ ਮੈਂ ਕਿਹਾ ਸਾਹਿਬ ਦਲੇਰ ਸਿੰਘ ਕੀ ਹੋਇਆ ਇਹ ਭਾਣਾ ਕੀ ਵਾਪਰ ਗਿਆ ਮਨ ਭਾਣਾ ਹੈ ਕਿ ਕੀ ਭਾਣਾ ਦੱਸੀਏ ਉਹਨਾਂ ਦਾ ਸੰਬੰਧ ਹੀ ਆਪਣੇ ਨਾਲ ਇੰਨਾ ਸੀ ਉਹ ਤਾਂ ਗੱਲ ਠੀਕ ਹੈ ਸੰਬੰਧ ਇੰਨੇ ਸੀ ਪਰ ਜੋ ਜਖਮ ਦੇ ਗਿਆ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਪਾਰਟੀ ਨੂੰ ਪਰ ਖਾਸ ਤੌਰ 'ਤੇ ਮੈਂ ਗੱਲ ਕਹਿ ਸਕਦਾ ਕਿ ਜਿਸ ਦਿਨ ਮੈਂ ਉਹਨਾਂ ਦੇ ਪਿੰਡ ਆਉਂਦਾ ਸੀ ਉਹਦੀ ਆਲੇ ਦੁਆਲੇ ਪਿੰਡੇ ਦੇ
ਜਿੰਨੇ ਲੋਕ ਬੈਠੇ ਸਭ ਗਰੀਬ ਲੋਕ ਬੈਠੇ ਹੁੰਦੇ ਸੀ। ਮੈਂ ਗੱਲ ਕਹਿ ਸਕਦਾ ਗਰੀਬਾਂ ਦਾ ਮਸੀਹਾ ਸੀ, ਆਪਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲਾ ਸੀ। ਬਹੁਤ ਕੁਝ ਕਿਹਾ ਜਾ ਸਕਦਾ ਹੈ, ਵਾਰਤਾ ਲਿਖੀ ਜਾ ਸਕਦੀ ਹੈ, ਇਤਿਹਾਸ ਲਿਖਿਆ ਜਾ ਸਕਦਾ ਹੈ, ਪਰ ਕਹਾਣੀ ਨਹੀਂ ਮੁੱਕ ਸਕਦੀ ਕਿ ਨਵਾਬ ਸਿੰਘ ਦੀਆਂ ਕਿੱਥੇ ਕਿੱਥੇ ਪਹੁੰਚਾਂ ਸਨ, ਨਵਾਬ ਸਿੰਘ ਦੇ ਕਿੱਥੇ ਕਿੱਥੇ ਸਬੰਧ ਸਨ, ਨਵਾਬ ਸਿੰਘ ਕੀ ਕੁਛ ਕਰ ਸਕਦਾ ਸੀ, ਨਵਾਬ ਸਿੰਘ ਕਿਹਦੇ ਕੰਮ ਨਹੀਂ ਆਇਆ। ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮਨ ਵੀ ਹਿੰਮਤ ਨਹੀਂ ਪੈਂਦੀ ਕਿ ਕੁਛ ਕਹਿ ਸਕੀਏ, ਕਿਉਂਕਿ ਇੱਕਦਮ ਮੱਝਾ ਹੋਇਆ ਝਟਕਾ ਮਨੁੱਖ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੰਦਾ। ਇਸ ਘਟਨਾ ਨੇ ਸਾਰੇ ਇਲਾਕੇ ਨੂੰ, ਸਾਰੇ ਪੰਜਾਬ ਨੂੰ ਸਕੇ ਸਬਜ਼ੀਆਂ ਨੇ ਇੱਕਦਮ ਹਿਲਾ ਕੇ ਰੱਖ ਦਿੱਤਾ। ਮੈਂ ਸਮਝਦਾ ਕਿ ਗੁਰੂ ਮਹਾਰਾਜ ਨੂੰ ਖੋਲ੍ਹੇ ਉਹਦੀ ਕਿੰਨੀ ਕੁ ਲੋੜ ਸੀ, ਜਿਹੜੀ ਇੱਕਦਮ ਹਮੇਸ਼ਾ ਹਮੇਸ਼ਾ ਦੀ ਸਾਡੇ ਕੋਲ ਲੈ ਗਿਆ। ਪਰ ਸਾਨੂੰ ਪਿੱਛੇ ਚਿੰਤਾ ਜੋਗਾ ਛੱਡ ਗਏ। ਮੇਰੀ ਅਰਦਾਸ ਹੈ, ਅਰਦਾਸ ਸੰਗਤ ਦੇ ਰੂਪ ਵਿੱਚ ਹੋਈ ਹੈ, ਮੈਂ ਚੌਧਰੀ ਖਾਂ ਕੀ ਜੋ ਮੈਂ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ, ਉਸ ਨੂੰ ਪ੍ਰਵਾਨ ਕਰਦਿਆਂ ਹੋਇਆ ਐਸੇ ਮਨੁੱਖ ਨੂੰ ਜਿਹਨੂੰ ਆਪਾਂ ਯਾਦ ਕਰਦੇ ਹਾਂ, ਅੱਜ ਲੋਕ ਯਾਦ ਕਰਦੇ ਨੇ ਭਗਤ ਸਿੰਘ ਦੁਆਰਾ ਆਵੇ, ਕਿਉਂ ਕਰਦੇ ਹਾਂ ਕਿ ਉਹਨਾਂ ਲੋਕਾਂ ਨੇ ਚੰਗੇ ਕੰਮ ਕੀਤੇ ਨੇ। ਸੋ ਨਵਾਬ ਸਿੰਘ ਜੀ ਦੁਆਰਾ ਆਉਣ ਤਾਂ ਜੋ ਸਮਾਜ ਦੀ ਲੋਕਾਂ ਦੇ ਜਿਹੜੇ ਉਹਦੇ ਹੁੰਦੇ ਕੰਮ ਨੇ ਉਹ ਪੂਰੇ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਰੇਟ ਰਾਮ ਚੰਦ ਜੀ ਜਨਗਰਾ, ਲਾਲ ਸਿੰਘ ਜੀ ਹਰਿਆਓ, ਸਰਦਾਰ ਕਵੀਚਾ ਸਿੰਘ ਜੀ ਗੁਰਦਾਸ, ਸਰਦੂਲ ਸਿੰਘ ਸੰਧੂ ਸਾਹਿਬ, ਸਰਦਾਰ ਗਿਆਨ ਸਿੰਘ ਧਾਲੀਵਾਲ ਔਰ ਸ਼੍ਰੀ ਚਰਨਜੀਤ ਲਾਲ ਜੀ, ਮਹਿੰਦਰ ਸਿੰਘ ਜੀ ਲਾਲਵਾ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ, ਸਰਦਾਰ ਗੁਰਦੀਪ ਸਿੰਘ ਜੀ ਮਕੋੜ ਸਾਹਿਬ, ਸਰਦਾਰ ਗੁਰਦੀਪ ਸਿੰਘ ਜੀ ਖਾਨ ਬਾਲਾ ਰਾਮ ਜਿੰਦਗਾ, ਸੁਰਮਤ ਸਿੰਘ ਜੀ ਬਾਬਾ ਜੀ ਹਰਿਓ ਮਲਾ ਵਾਲੇ, ਜਗਦੀਪ ਚੰਦ ਪੰਛੀ ਔਰ ਨਿਰਮਲ ਸਿੰਘ ਜੀ ਮੈਂਬਰ ਬਲਾਕ ਸੰਮਤੀ, ਮੰਗਤ ਸਿੰਘ ਜੀ ਸਾਬਕਾ ਸਰਪੰਚ ਹਰਿਓਪੁਰ, ਜੋ ਸੋਗ ਸੰਦੇਹ ਬੰਦੇ ਆਏ ਨੇ ਉਹ ਮੈਂ ਸਮੁੱਚੇ ਹੀ ਸਾਰਿਆਂ ਦੇ ਬੇਨਤੀ ਅੱਗੇ ਕਰਾਂਗਾ। ਹੁਣ ਮੈਂ ਸਭ ਤੋਂ ਪਹਿਲਾਂ ਉਸ ਮਹਾਨ ਪੰਜਾਬ ਦੀ ਸਬੂਤ ਔਰ ਸਰਦਾਰ ਨਵਾਬ ਸਿੰਘ ਜੀ ਦੇ ਸਿਰ 'ਤੇ ਹੱਥ ਰੱਖਣ ਵਾਲੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਜੀ ਭੱਠਲ, ਜਿਨ੍ਹਾਂ ਦੇ ਉਹ ਪੁੱਤਰ ਸਨਮਾਨ ਸਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੇਟੇ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰੋ। ਬੀਬੀ ਰਜਿੰਦਰ ਕੌਰ ਤੋਂ ਭੱਠਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਘੜੀ ਸਾਰਿਆਂ ਵਾਸਤੇ ਅਤਿਅੰਤ ਦੁਖਦਾਇਕ ਸੱਟ ਵਾਗ ਦੇ ਉੱਤੇ ਅੱਜ ਉਹ ਘੜੀ ਆਪਾਂ ਸਾਰੇ ਮਹਿਸੂਸ ਕਰ ਰਹੇ ਹਾਂ, ਕਿਉਂਕਿ ਚੁਫੇਰੇ ਵਿੱਚ ਦੇਖੋ, ਸਾਰੇ ਪਾਸੇ ਵੱਲ ਦੇਖੋ, ਸਾਨੂੰ ਉਹ ਇਨਸਾਨ ਨਜ਼ਰ ਨਹੀਂ ਆ ਰਿਹਾ ਜਿਹੜਾ ਉਸਦੇ ਹਲਕੇ ਦੀ ਜੂਹ ਵਿੱਚ ਵੜਨ ਤੋਂ ਪਹਿਲਾਂ ਹੀ ਹੁੰਦਾ ਅਤੇ ਜੂਹ ਛੱਡਣ ਤੱਕ ਆਖਰੀ ਦਮ ਤੱਕ ਸਾਥੀ ਦੇ ਨਾਲ ਲੋਕਾਂ ਦਾ ਨਾਲ ਕਰਦਾ ਕਰਦਾ ਆਏ ਹੋਏ ਸਾਰੇ ਆਪਣੇ ਸਾਥੀਆਂ ਦੇ ਨਾਲ ਉੱਠ ਤੱਕ ਉਹਨਾਂ ਨੂੰ ਬਿਤਾ ਕੇ ਦੇਣ ਲੱਗਦਾ ਸੀ। ਅੱਜ ਉਹ ਗਾਇਬ ਹੈ, ਅੱਜ ਉਹ ਨਜ਼ਰ ਨਹੀਂ ਆ ਰਿਹਾ, ਅੱਜ ਉਹਦੀ ਕਮੀ ਘਾਟ ਦਿਲ 'ਤੇ ਵਾਰ ਵਾਰ ਸੱਟ ਮਾਰ ਰਹੀ ਹੈ, ਪੁੱਛ ਰਹੀ ਹੈ ਕਿ ਕਿੱਥੇ ਹੈ ਉਹ ਦੁਆਬਾ ਦਾ ਨਵਾਬ। ਨਾਮ ਦਾ ਨਵਾਬ ਨਹੀਂ ਸੀ ਉਹ, ਸ਼ਾਨ ਦਾ, ਪਰਸਨੈਲਿਟੀ ਦਾ, ਸੋਚ ਦਾ, ਐਜੂਕੇਸ਼ਨ ਦਾ, ਤਾਲੀਮ ਦਾ, ਸਪੀਕਰ ਬਹੁਤ ਅੱਛਾ ਸਪੀਕਰ, ਕਿਸੇ ਵੀ ਝੰਡੇ 'ਤੇ ਬੁਲਾਓ
ਉਹਨੂੰ ਇੰਨੀ ਜਾਣਕਾਰੀ ਸੀ। ਅੱਜ ਜਿਸ ਤਰ੍ਹਾਂ ਹਰਿਆਣੇ ਵਿੱਚ ਮੈਂ ਜਾਣਿਆ ਤਰਲੋਚਨ ਸਿੰਘ ਜੀ ਬੈਠੇ ਆਏ ਤਾਂ ਉੱਥੇ ਜਾ ਕੇ ਉਹਨੂੰ ਇੰਨੀ ਜਾਣ ਪਛਾਣ ਹੋ ਗਈ। ਮੈਂ ਕਹਿਣਾ ਕਿ ਨਵਾਬ ਤੂੰ ਇੱਥੇ ਪਿੰਡਾਂ ਦੇ ਪਿੰਡ ਤੇਰੇ ਨਾਲ ਜਾਣਦਾ, ਕਹਿੰਦਾ ਜੀ ਭਾਈਚਾਰਾ। ਜੇ ਯੂਪੀ ਜਾਣਦਾ ਮੈਂ ਸੋਚਣਾ ਕਿ ਇੱਥੇ ਤਾਂ ਇਹਨੂੰ ਨਹੀਂ ਜਾਣਦਾ ਹੋਣਾ। ਨਵਾਬ ਨੂੰ ਪੁੱਛੋ ਬਈ, ਉਹਨੇ ਕਹਿਣਾ ਜੀ ਦਸਵੀਂ ਦੀਆਂ ਲਿਖਾਈਆਂ ਉੱਥੇ ਮੇਰਾ ਭਾਈਚਾਰਾ। ਐਸਾ ਇਨਸਾਨ ਮੈਂ ਬੜੇ ਘੱਟ ਦੇਖੇ ਹੈ ਜਿਹਨਾਂ ਦਾ ਕਿਸੇ ਐਂਗਲ ਵੱਲ ਵੀ ਤੁਸੀਂ ਨਜ਼ਰ ਕਰਦੇ ਹੋ, ਜ਼ਿੰਮੇਵਾਰੀ ਡਿਊਟੀ ਲਾ ਦਿਓ, ਉਹ ਬਹਾਦਰ ਜੰਦੈਲ ਆਪਣੀਆਂ ਜ਼ਿੰਮੇਵਾਰੀਆਂ ਆਸ ਤੋਂ ਵੱਧ ਪੂਰੀਆਂ ਕਰਕੇ ਆ ਕੇ ਦਿਖਾਉਂਦਾ ਸੀ। ਕਾਂਗਰਸ ਪਾਰਟੀ ਦਾ ਕਮਿਟਡ ਜਿਵੇਂ ਸਾਡੇ MLA ਸਾਹਿਬ ਵੀ ਦੱਸ ਕੇ ਗਏ ਨੇ, ਪੱਕਾ ਵਰਕਰ ਰਣ ਸਾਡੇ ਪਰਮਵੀਰ ਸਿੰਘ ਜੀ ਦੱਸ ਕੇ ਗਏ ਨੇ, ਉੱਥੇ ਵੀ ਕੰਮ ਲੋਕਾਂ ਦੇ ਕਰਾਉਣ ਵਾਸਤੇ। ਜੇ ਕੋਈ ਝਗੜੇ ਹੋ ਜਾਂਦੇ ਨਾ ਦਿੱਤਦੇ, ਸਰਕਾਰੀ ਦੁਆਰੀ ਨਾ ਮਿਲਦੇ, ਤਾਂ ਅਸੀਂ ਕਹਿ ਦੇਣਾ ਨਵਾਬ ਸਿੰਘ ਜੀ ਦੀ ਜ਼ਿੰਮੇਵਾਰੀ ਲਾਓ, ਇਹਨੂੰ ਹੱਲ ਕਰਾ ਕੇ ਦਿਓ। ਮੈਨੂੰ ਮਾਣ ਅਤੇ ਗੌਰਵ ਹੈ ਕਿ ਉਹ ਮੇਰਾ ਪਿਆਰਾ ਬੇਟਾ ਹਰ ਮਸਲੇ ਨੂੰ ਹੱਲ ਕਰਕੇ ਦੱਸਦਾ ਕਿ ਮੈਂ ਮਸਲਾ ਹੱਲ ਕੀਤਾ। ਥੋੜ੍ਹੇ ਮਹੀਨੇ ਹੀ ਪਹਿਲਾਂ, ਜੋ ਵੀ ਨਹੀਂ ਇੱਕ ਮਹੀਨੇ ਪਹਿਲਾਂ ਹਜ਼ੂਰ ਸਾਹਿਬ ਜਾ ਕੇ ਉੱਥੇ ਕਿੰਨੇ ਦਿਨ ਸ਼ਰਧਾ ਵਿੱਚ ਸੇਵਾ ਕਰਕੇ ਆਇਆ, ਪ੍ਰਸ਼ਾਦ ਲੈ ਕੇ ਆਇਆ, ਮੈਂ ਪ੍ਰਸ਼ਾਦ ਦੇ ਕੇ ਔਰ ਉਹ ਦੋ ਹਫ਼ਤੇ ਤਿੰਨ ਹਫ਼ਤੇ ਪਹਿਲਾਂ ਹੀ ਆਪਣੇ ਪੂਰਾ ਮਨ ਤੋਂ ਫਿਰ ਮਿਲਿਆ। ਜਦੋਂ ਵੀ ਆਉਂਦਾ ਸੀ ਲੋਕਾਂ ਦੇ ਸਾਥੀਆਂ ਦੇ ਦੁਖੀਆਂ ਦੇ ਕੰਮ ਕਾਰ 'ਚ ਲੈ ਕੇ ਆਉਂਦਾ ਸੀ। ਅੱਜ ਉਸ ਇਨਸਾਨ ਨੂੰ, ਅੱਜ ਉਸ ਸ਼ਖਸੀਅਤ ਨੂੰ ਪਲ ਪਲ ਅੱਖਾਂ ਨੂੰ ਲੱਭ ਰਹੀਆਂ ਨੇ, ਦੇਖ ਰਹੀਆਂ ਹੈ। ਔਰ ਜਿਵੇਂ ਸਾਡੇ ਦੱਸ ਕੇ ਗਏ ਨੇ ਜੀ ਸਿੱਖੀ ਸਾਹਿਬ, ਬਹੁਤ ਵੱਡੀ ਪਾਠ ਪਰਿਵਾਰ ਨੂੰ, ਉਹਨਾਂ ਦੀ ਪਿਆਰੀ ਬੇਟੀ ਬੈਠੀ, ਉਹਨਾਂ ਦੀ ਪਤਨੀ ਮਾਤਾ ਜੀ, ਸਾਡੇ ਪਰਿਵਾਰ ਉਹਨਾਂ ਦਾ ਬੇਟਾ ਬੈਠਾ। ਮੈਨੂੰ ਯਾਦ ਹੈ ਕਿ ਹਰ ਵਾਰ ਜਦੋਂ ਵੀ ਉਹਨੇ ਆਉਣਾ ਤਾਂ ਉਹਨੇ ਆ ਬੀਬੀ ਬੈਠਿਆ ਘਰੋਂ ਕਹਿਣਾ ਜੀ ਆਹ ਤੁਹਾਡੀ ਨੂੰਹ ਨੇ ਘਰੋਂ ਖੀਰ ਬਣਾ ਕੇ ਭੇਜੀ ਹੈ। ਜਿਸ ਥਾਂ 'ਤੇ ਵੀ ਆਉਣਾ ਮੈਂ ਕਿਹਾ ਹਲਕੇ 'ਚ ਆਈ ਆ ਕੇ ਤੁਹਾਡੇ ਘਰੋਂ ਇਸ ਤਰ੍ਹਾਂ ਇੰਨਾ ਪਿਆਰ ਕਰਨ ਵਾਲਾ ਸ਼ੱਕ ਸੱਚ ਇਹਨਾਂ ਨੇ ਕਿਹਾ ਸਾਡੇ ਸ਼੍ਰੀ ਚੱਕੀ ਸਾਹਿਬ ਨੇ ਕਿ ਭਾਵੇਂ ਉਹਨੇ ਮੇਰੀ ਕੁੱਖ 'ਚੋਂ ਜਨਮ ਨਹੀਂ ਲਿਆ ਪਰ ਬੇਟਿਆਂ ਨੂੰ ਪੜਿਆ। ਉਸੇ ਤਰ੍ਹਾਂ ਹੀ ਪੂਰਾ ਸਿਰਾ ਉਤਰਿਆ, ਹਰ ਮੇਰਾ ਦੁੱਖ ਉਹਦੇ ਲਈ ਹਜ਼ਾਰਾਂ ਗੁਣਾ ਵੱਧ ਕੇ ਦੁੱਖ ਸੀ, ਹਰ ਮੇਰਾ ਸੁੱਖ ਉਹਦੇ ਲਈ ਸੁੱਖ ਸੀ। ਔਰ ਪੂਰੀ ਤਰ੍ਹਾਂ ਨਾਲ ਜਿੱਥੇ ਕਿਤੇ ਵੀ ਤਿਰੰਗਾ ਝੂਲਦਾ ਸੀ ਉਹ ਹਰ ਥਾਂ 'ਤੇ ਪਹੁੰਚ ਕੇ ਡਿਊਟੀ ਜੋ ਲੱਗਦੀ ਉੱਥੇ ਆਪਣੀ ਪੂਰੀ ਡਿਊਟੀ ਬਾਹਰ ਤੋਂ ਵੀ ਕਰਦਾ ਸੀ। ਅੱਜ ਉਸਨੂੰ ਇੱਥੇ ਅੰਦਰ ਬੈਠੇ ਹੋ, ਬਾਹਰ ਬੈਠੇ ਹੈ, ਹਜ਼ਾਰਾਂ ਅੱਖਾਂ ਰੋ ਰਹੀਆਂ, ਦਿਲ ਰੋ ਰਹੇ ਨੇ, ਦਿਲ ਟੁੱਟੇ ਹੈ। ਮੈਂ ਬਾਹਰ ਗਈ ਹੋਈ ਸੀ ਜਦੋਂ ਮੈਨੂੰ ਖਬਰ ਮਿਲੀ ਹੈ, ਯਕੀਨ ਨਹੀਂ ਆ ਰਿਹਾ ਸੀ। ਮੈਂ ਵਾਰ ਵਾਰ ਕਹਿੰਦੀ ਸੀ ਕਿ ਹੋਰ ਨਾਮ ਦਾ ਕੋਈ ਗੁਣਾ ਇਹ ਨਵਾਬ ਸਾਡਾ ਇਸ ਤਰ੍ਹਾਂ ਨਹੀਂ ਹੋ ਸਕਦਾ। ਲੇਕਿਨ ਜਦੋਂ ਸਾਰੀ ਫੋਟੋ ਦੇਖੀ ਉੱਥੇ ਵਟਸਐਪ 'ਤੇ ਮੈਨੂੰ ਮੈਸੇਜ ਭੇਜਿਆ, ਭਾਣਾ ਮਿਲ ਚੁੱਕਿਆ ਸੀ। ਇਹ ਵਿਉਤਾ ਪੁਰਾਣਾ, ਇਹ ਕਾਰਪੁਰਖ ਦੀ ਮਰਜ਼ੀ ਹੈ ਕਿ ਕੋਈ ਅੜ ਨਹੀਂ ਸਕਿਆ। ਇੱਕ ਦਿਨ ਸਭ ਨੇ ਜਾਣਾ ਹੈ, ਵਾਰੀ ਵਾਰੀ ਚਲੇ ਜਾਣਾ ਹੈ, ਪਰ ਇਹ ਬੇਵਕਤੀ ਮੌਤ ਅਧੂਰੀਆਂ ਜ਼ਿੰਮੇਵਾਰੀਆਂ ਅੱਜ ਮਾਸੂਮ ਬੇਟੀ ਸੋਚਦੀ ਬੈਠੀ ਹੋਵੇਗੀ ਕਿ ਮੇਰੇ ਪਿਤਾ ਦੇ ਆਪਣੇ ਖਰਚੇ ਪੂਰੇ ਕਰਦੇ ਸੀ, ਬੇਟਾ ਸੋਚਦਾ ਹੋਵੇਗਾ। ਇਹ ਸਾਰਾ ਕੁਛ ਭਾਵੇਂ ਪੂਰਾ ਹੋਣਾ ਹੈ, ਇਹ ਸਾਡੇ ਬੱਚੇ ਨੇ, ਸਾਡੇ ਬੱਚੇ ਦੇ ਬੱਚੇ ਹੈ, ਮੁੰਡਿਆਂ ਦੇ ਹੱਥ ਰੱਖਾਂਗੇ, ਉਸੇ ਤਰ੍ਹਾਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਉਸੇ ਪਿੰਡ ਵਿੱਚ ਰਾਜ ਸੀ, ਪਿੰਡ ਵਿੱਚ ਅੱਗੇ ਵਧਣ। ਇਹ ਸਾਰਾ ਕੁਛ ਭਾਵੇਂ ਆਪਾਂ ਕਰੀਏ, ਲੇਕਿਨ ਉਹ ਬਾਪ ਦੀ ਕਵੀ ਅਤੇ ਬਾਪ ਦਾ ਆਸ਼ੀਰਵਾਦ ਦਾ ਹੱਥ ਉਹ ਪੂਰਾ ਕਰਨਾ ਕਿਸੇ ਦੇ ਬੱਸ ਵਿੱਚ ਨਹੀਂ ਹੈ। ਸੋ ਜਿਸ ਤਰ੍ਹਾਂ ਦੀ ਉਹਨਾਂ ਦੀ ਪਾਪੂਲੈਰਿਟੀ, ਜਿਸ ਤਰ੍ਹਾਂ ਉਹਨਾਂ ਦਾ ਮਾਣ ਅਤੇ ਲੋਕਾਂ 'ਚ ਨਿੱਘ ਸੀ, ਵਿਸ਼ਵਾਸ ਸੀ, ਸਾਡੇ ਪਨੀਤ ਕੌਰ ਜੀ ਬੈਠੇ ਹੈ, ਸਾਰਾ ਉਹਨਾਂ ਦਾ ਪਾਰਲੀਮੈਂਟ ਦਾ ਹਲਕਾ ਹੈ, MLA ਸਾਹਿਬ ਬੈਠੇ ਹੈ, ਇਹ ਵੀ ਮੈਂ ਵੀ ਸਲਾਹ ਕਰਾਂਗੇ ਅਸੀਂ ਸਾਰੇ ਉਹਨਾਂ ਦੇ ਨਾਮ ਦੇ ਉੱਪਰ ਵੀ ਐਸੀ ਅੱਛੀ ਯਾਦਗਾਰ ਬਣੇ ਕਿ ਜੋ ਉਹ ਚਾਹੁੰਦੇ ਜੀ ਛੋਟੀ ਜਿਹੀ ਉਮਰ ਵਿੱਚ ਇੰਨਾ ਕੰਮ ਕਰਕੇ ਚਾਨਣ ਮੁਨਾਰਾ ਬਣੇ, ਉਹਨਾਂ ਦਾ ਨਾਮ ਅਤੇ ਉਹਨਾਂ ਦੀ ਲੋਕ ਮਿਸਾਲ ਦੇ ਕੇ ਗੱਲ ਕਰਨ। ਅਸੀਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਇਹਨਾਂ ਨਾਲ ਮਿਲ ਕੇ ਅਸੀਂ ਇਸ ਤਰ੍ਹਾਂ ਦਾ ਕੋਈ, ਕਿਉਂਕਿ ਇਹ ਇਹਨਾਂ ਦੀ ਪਾਰਲੀਮੈਂਟ ਵਿੱਚ ਪੈਂਦਾ ਹੈ, ਅਸੀਂ ਦੋਨੋਂ ਭੈਣਾਂ ਮਿਲ ਕੇ ਸਲਾਹ ਕਰਕੇ ਆਪਣੀ ਪੂਰਾ ਜ਼ੋਰ ਲਾ ਕੇ ਸਰਕਾਰ ਤੋਂ ਗੱਲ ਕਰਕੇ ਕੁਛ ਨਾ ਕੁਛ ਇਸ ਤਰ੍ਹਾਂ ਦੇ ਅੰਦਰ ਯਾਦ ਕਰਨਾ ਕਰਾਂਗੇ ਵੀ ਇਹ ਬੱਚਿਆਂ ਨੂੰ ਮਾਣ ਅਤੇ ਸਨਮਾਨ ਅਤੇ ਸਾਡੇ ਬੱਚੇ ਹੈ, ਉਹ ਵੀ ਸਾਡਾ ਬੱਚਾ ਸੀ, ਉਸਦੇ ਬੱਚੇ ਅੱਗੇ ਸਾਡੇ ਬੱਚੇ ਹੈ ਹੀ ਹੈ, ਕੁਦਰਤੀ ਤੌਰ 'ਤੇ ਹੈ। ਅਸੀਂ ਹਰ ਸਮੇਂ
ਪੂਰੇ ਫਰਜ਼ਾਂ ਦੇ ਨਾਲ ਇੱਥੇ ਆਪਣੀ ਹਾਜ਼ਰੀ ਦੇ ਕੇ ਇਹਨਾਂ ਦੇ ਫਰਜ਼ਾਂ ਨੂੰ ਪੂਰਾ ਕਰਨ ਵਿੱਚ ਆਪਣੇ ਘਰ ਨੂੰ ਹਮੇਸ਼ਾ ਅੱਗੇ ਕਰਕੇ ਰੱਖਾਂਗੇ। ਸੋ ਅੱਜ ਜੋ ਚਲੇ ਗਏ ਉਹਨਾਂ ਦੀ ਅੱਜ ਅੰਤਮ ਅਰਦਾਸ, ਜਿਹੜਾ ਕਹਿਣ ਨੂੰ ਵੀ ਮਨ ਨਹੀਂ ਕਰਦਾ, ਅੰਤਮ ਅਰਦਾਸ ਅੰਤਮ ਲਫ਼ਜ਼ ਮੂੰਹ 'ਚੋਂ ਨਿਕਲਣ ਨੂੰ ਵੀ ਜੀ ਨਹੀਂ ਕਰਦਾ, ਅੱਜ ਉਸ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਮੈਂ ਆਪਣੇ ਵੱਲੋਂ ਵੀ, ਪਰਿਵਾਰ ਵੱਲੋਂ, ਹਲਕੇ ਵੱਲੋਂ ਸ਼ਰਧਾ ਦੇ ਫੁੱਲ ਆਪਣੇ ਉਸ ਪਿਆਰੀ ਬੇਟਾ ਉਹਨਾਂ ਨੂੰ ਵਿੱਚ ਜਿਹੜੀ ਆਤਮਾ ਨੂੰ ਆਪਣੇ ਪਿਆਰੇ ਬੱਚੇ ਨੂੰ ਫੁੱਲ ਭੇਟਾ ਕਰਦੀਆਂ ਔਰ ਬਾਹਰ ਪੁੱਟ ਕੇ ਅਰਦਾਸ ਕਰਦੀਆਂ ਆਪਣੇ ਸ਼ਰਧਾ 'ਚ ਵਾਸਤੇ ਵੀ ਉਹਨਾਂ ਦੀਆਂ ਪਾਈਆਂ ਪੈੜਾਂ 'ਤੇ ਅੱਗੇ ਉਹਨਾਂ ਦੇ ਪਰਿਵਾਰ ਬੱਚੇ ਚੱਲਦੇ ਰਹਿਣ। ਸਾਡੀ ਇਹੀ ਸਾਰਿਆਂ ਦੀ ਅਰਦਾਸ ਹੈ, ਇਸੇ ਨਾਲ ਹੀ ਮੈਂ ਇਹਨਾਂ ਦੀ ਚੱਲ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਬੀਬੀ ਰਜਿੰਦਰ ਕੌਰ ਪੱਟਣ ਜੀ ਦੱਸ ਕੇ ਗਏ ਨੇ, ਮੇਰੇ ਮਨ ਵਿੱਚ ਪਹਿਲਾਂ ਹੀ ਇਹ ਬੇਨਤੀ ਮੈਂ ਐਮ ਐਲ ਏ ਸਾਹਿਬ ਨੂੰ ਕੀਤੀ ਸੀ, ਕਿਉਂਕਿ ਉਹ ਬਹੁਤ ਜ਼ਿਆਦਾ ਨਵਾਬ ਨੂੰ ਨੇੜਿਓਂ ਪਿਆਰ ਕਰਦੇ ਸੀ, ਦਿਲ 'ਚੋਂ ਪਿਆਰ ਕਰਦੇ ਸੀ। ਕਈ ਇਹੋ ਜਿਹੀਆਂ ਗੱਲਾਂ ਜੋ ਅਸੀਂ ਤਿੰਨਾਂ ਨੇ ਬੈਠ ਕੇ ਵਿਚਾਰਨੀਆਂ ਔਰ ਇਸ ਇਲਾਕੇ ਵਾਸਤੇ ਬੇਨਤੀਆਂ ਕਰਨੀਆਂ। ਬੀਬੀ ਜੀ, ਤੁਸੀਂ ਤੁਹਾਡਾ ਪੁੱਤਰ ਸੀ, ਤੁਹਾਨੂੰ ਦੁੱਖ ਬਹੁਤ ਵੱਡਾ, ਪਰ ਤੁਸੀਂ ਅੱਜ ਜ਼ਾਹਰ ਨਹੀਂ ਕਰ ਰਹੇ ਕਿਉਂਕਿ ਤੁਹਾਡੇ ਚਿਹਰੇ ਤੋਂ ਪੜਿਆ ਜਾ ਸਕਦਾ ਹੈ ਕਿ ਤੁਸੀਂ ਤੁਹਾਡੇ ਮਨ ਦੇ ਵਿੱਚ ਬਹੁਤ ਦੁੱਖ ਹੈ ਉਸ ਆਪਣੇ ਬੇਟੇ ਦੇ ਲਈ। ਮੇਰੀ ਮਾਂ ਸਨਮਾਨ ਮਹਾਰਾਣੀ ਸਾਹਿਬ ਬੈਠੇ ਨੇ, ਤੁਸੀਂ ਦੋਨੋਂ ਭੈਣਾਂ ਰਲ ਕੇ ਅਸੀਂ ਤੁਹਾਡੇ ਸਾਰੇ ਇਸ ਹਲਕੇ ਦੇ ਵਰਕਰ ਸਰਦਾਰ ਨਿਰਮਲ ਸਿੰਘ MLA ਨਾਲ ਅਸੀਂ ਸਾਰੀ ਸੰਗਤ ਦੇ ਰੂਬਰੂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਸ ਮੇਰੇ ਵੀਰ ਰਗਲੇ ਦੀ ਕੋਈ ਇਸ ਇਲਾਕੇ ਦੇ ਵਿੱਚ ਸਾਨੂੰ ਸਦਾ ਲਈ ਯਾਦ ਦੇ ਦਿਓ, ਕਿਉਂਕਿ ਅਸੀਂ ਉਸ ਯਾਦ ਨੂੰ ਵੇਖ ਕੇ ਜਿਉਂਦੇ ਰਹੀਏ। ਕਿ ਨਵਾਬ ਸਿੰਘ ਤਾਂ ਚਲਾ ਗਿਆ ਪਰ ਸਾਨੂੰ ਇਲਾਕੇ ਨੂੰ ਆ ਯਾਦ ਦੇ ਕੇ ਗਿਆ, ਕੋਈ ਇਹੀ ਜੀ ਯਾਦ ਦਿਓ ਕਿ ਜਿਹੜੀ ਅਸੀਂ ਸਦਾ ਉਸ ਛੋਟੇ ਵੀਰ ਨੂੰ ਸਿਰ ਝੁਕਾ ਕੇ ਆਪਣੇ ਮਨ ਦੇ ਵਰਗਲੇ ਪੂਰੇ ਕਰ ਸਕ। ਸਾਡੇ ਦਰਮਿਆਨ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਿਲਾ ਅਰੋੜਾ ਜੀ ਬੈਠੇ ਨੇ, ਉਹਨਾਂ ਦਾ ਧੰਨਵਾਦ ਮੈਂ ਇਸ ਕਰਕੇ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੇਰਾ ਸਾਥ ਦੇ ਕੇ ਸਰਦਾਰ ਨਵਾਬ ਸਿੰਘ ਦੇ ਅੰਤਮ ਚਰਨਾਂ ਦੇ ਵਿੱਚ ਮੈਨੂੰ ਹੌਸਲਾ ਦਿੱਤਾ। ਸਾਡੇ ਇਸ ਹਲਕੇ ਦੇ ਭਾਰਤੀ ਜਨਤਾ ਪਾਰਟੀ ਦੇ ਰਮੇਸ਼ ਕੁਮਾਰ ਕੁੱਕੂ ਜੀ ਬੈਠੇ ਨੇ, ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ। ਸਤਿਗੁਰੂ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁੱਖ ਭਰੇ ਹਿਰਦਿਆਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਗਰਮੀ ਦੇ ਮੌਸਮ ਦੇ ਵਿੱਚ ਸੰਗਤ ਜੁੜੀ ਰਹੀ ਹੈ। ਨਵਾਬ ਸਿੰਘ ਜੀ ਵੀ ਇਸ ਅੰਤਮ ਅਰਦਾਸ ਦੇ ਵਿੱਚ ਆਪਣੇ ਆਪਣੇ ਦਿਲੋਂ ਸ਼ਰਧਾਂਜਲੀ ਦੇਣਗੇ। ਸਟੇਜ ਤੋਂ ਗੱਲਾਂ ਬਹੁਤ ਹੋਈਆਂ ਨੇ ਪਰ ਮੇਰੇ ਖਿਆਲ 'ਚ ਇੱਕ ਇੱਕ ਬੰਦਾ ਜਿਹੜਾ ਅੱਜ ਆਇਆ ਹੈ ਉਹ ਨਵਾਬ ਸਿੰਘ ਜੀ ਦੇ ਜੀਵਨ ਦੇ ਬਾਰੇ ਜਾਣੂ ਔਰ ਸੱਚੇ ਦਿਲ ਦੇ ਨਾਲ ਸਾਰੇ ਇੱਥੇ ਇਕੱਤਰ ਹੋਏ ਨੇ। ਮੈਂ ਇਸ ਮੌਕੇ ਦੇ ਉੱਤੇ ਆਪਣੇ ਵੱਲੋਂ, ਮਹਾਰਾਜਾ ਸਾਹਿਬ ਵੱਲੋਂ, ਆਪਣੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਉਹਨਾਂ ਦੇ ਘਰੋਂ, ਉਹਨਾਂ ਦੇ ਮਾਤਾ ਜੀ ਨੂੰ, ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੈ ਸੀ, ਕਿਉਂਕਿ ਬਹੁਤ ਅਣਹੋਣੀ ਗੱਲ ਹੋਈ। ਜਦ ਸੁਣਿਆ ਤਾਂ ਇਹ ਨਹੀਂ ਆਇਆ ਕਿ ਸੱਚੀ ਇਹ ਗੱਲ ਹੋ ਗਈ ਹੈ ਕਿ ਨਹੀਂ, ਪਰ ਰੱਬ ਦੇ ਭਾਣੇ ਨੂੰ ਕੋਈ ਨਹੀਂ ਮੋੜ ਸਕਦਾ। ਗੁਰਬਾਣੀ 'ਚ ਲਿਖਿਆ ਵੀ ਹੈ
हर बंदे को बंदगी जिते घट गए साहब वो साहब जिन्हें वाहगुरु सानू दिंदे ने वो सानू लैने भी पैंदे ने और छड़ने भी पैंदे। सो अज मैं अपने वालों जरूर अरदास करती हाँ वाहगुरु अगे कि जो उन्होंने घरों ने उन्होंने बेटी है उन्होंने माता जी ने और रिश्तेदार ने उन्होंने सिर जो कि मेरे पर राहत करना वो फलते फूलते रहन ये औखे समय के बच्चे उन्होंने बहों के नाम बांह फट के इस समय के उन्होंने और अगे बदली कभी ना देखना। इन्होंने शब्दों के नाल मैं अपनी श्रद्धांजलि भेंट करती हूँ। वाहेगुरू जी का खालसा वाहेगुरू जी। बहुत बहुत मेहरबानी महाराणी साहबा की। सिर्फ दो मिनट हूँ संगत जी बैठी रहे क्योंकि सरदार मनगत सिंह जी घग्गा वो भी साढ़े दरम्यान आए थे। बहुत मेहरबानी सरदार बलदेव सिंह जी गौड़ीवाल आए थे उन्होंने बड़ी मेहरबानी। एमएलए साढ़े स्टेट के सरदार कंवर सिंह नारी जी उन्होंने भी बहुत बहुत धन्यवाद। समुची कांग्रेस पार्टी की टीम जो साढ़े इतने आई है मैं दविंदर को बेनती करा कि स्टेज पर आऊ। मैं बेनती करा बाबा जी नाचर वाले बाबा शीशा सिंह जी आऊ जोड़ा बाबा शीशा सिंह की याद के गुरद्वारा बनया वो बाबा जी आन और बेटी भैन जी को सुरख बाबा पा बाबा जी बेनती हूँ। मैं बेनती करांगा सरदार रणजोत सिंह जी सरपंच साहब को कि वह संगत का धन्यवाद कर आई हुई संगत का धन्यवाद कर इस दुख की घड़ी में दूर दराज को चल के आए डेमू वाला परिवार के साख संबंधियों आप सारे गुरु साहब की हजूरी के दुख की घड़ी में नवाब सिंह श्रद्धा ने फुल भेट कर आए हाँ। महाराणी पुनीत कौर जी बीबी भट्टा जी सारे महापुरुषों का इस दुख की घड़ी में शरीक होने मैं सारे परिवार वालों धन्यवाद करता हाँ। सारे ही परिवार नवाब सिंह के दुख की घड़ी में शरीक होके अपना प्यार बख्शिया है इस तरह इन्हों बच्चों प्यार बख्शे रहना ताकि ये परिवार अगे तो उन्होंने चल सके। वाहगुरु जी का खालसा वाहगुरु जी की फतेह। मैं बहुत धन्यवादी हाँ सरदार मोहन सिंह जी का और सरदार